ਸਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਇਸ ਵਿਸ਼ੇਸ਼ ਪ੍ਰੋਗਰਾਮ ਜਨਤਾ ਦੀ ਆਵਾਜ਼ ਵਿੱਚ ਨਿੱਘਾ ਸਵਾਗਤ ਹੈ ਅੱਜ ਦਾ ਪ੍ਰੋਗਰਾਮ ਕੋਈ ਮਸਲਾ ਨਹੀਂ ਕੋਈ ਵਿਸ਼ੇਸ਼ ਇਸ਼ੂ ਨਹੀਂ ਅੱਜ ਤਾਂ ਸਿਰਫ ਖੁਸ਼ੀਆਂ ਵੰਡਣੀਆਂ ਹਨ ਵਧਾਈ ਦੇਣੀ ਹੈ ਵਧਾਈ ਲੈਣੀ ਹੈ ਕਲ ਤਾਰਨ ਗੁਰੂ ਨਾਨਕ ਆਇਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਵਸ ਦੀ ਜਸ ਪੰਜਾਬੀ ਅਦਾਰੇ ਔਰ ਦਾਸਵੱਲੋ ਵੀ ਬਹੁਤ ਬਹੁਤ ਵਧਾਈ ਲੱਖ ਲੱਖ ਵਧਾਈ ਹੋਵੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਉਹਨਾਂ ਦੀ ਇਸ ਸੰਸਾਰ ਦੇ ਉੱਤੇ ਆਮਦ ਇੱਕ ਬਚਿਤ੍ਰ ਕਰਿਸ਼ਮਾ ਸੀ ਹਜ਼ੂਰ ਤੋਂ ਪਹਿਲੇ ਉਹਨਾਂ ਦੇ ਆਉਣ ਤੋਂ ਪਹਿਲੇ ਜੋ ਇਸ ਸੰਸਾਰ ਦੀ ਹਾਲਤ ਸੀ उससे ने बहुत छोटे जे लफज़ों के बयान किया कि कतल लड़की जो पैदा हुई जहालत की बस से तहा हो गई चुनाचे थी जब हिंद में तेरगी भंवर में थी इंसान की किश्ती घिरी खवैया जहाँ में हवैदा हुए तो अल्लाह से नानक जी पैदा हुए नानक जी अल्लाह से हुए रसूल हकीकत में अल्लाह को था ये कबूल साहिबा दे तरत उत्ते आने तो पहला जो धरती की हालत सी ਜੋ ਇਨਸਾਨੀਅਤ ਦੀ ਹਾਲਤ ਸੀ ਵਹਿਦੀਅਤ ਦਾ ਇਕਤਾ ਦਾ ਨਾਮੋ ਨਿਸ਼ਾਨ ਨਹੀਂ ਸੀ ਹਰ قوم ਫਿਰਕਿਆਂ ਵਿੱਚ ਵੰਡੀ ਹੋਈ ਸੀ ਸਭ ਆਪੋ ਤਾਪੀ ਸੀ ਪਈ ਗਿਲਾਨ ਜਗਤ ਵਿੱਚ ਉਹ ਜੋ ਹਾਲਤ ਸੀ ਔਰ ਉਸ ਵੇਲੇ ਸਾਹਿਬਾਨ ਦਾ ਜੋ ਪ੍ਰਕਾਸ਼ ਹੋਇਆ ਸਰ ਅਲਾਮਾ ਇਕਬਾਲ ਉਹ ਕਹਿ ਉਠਿਆ ਫਿਰ ਉઠી ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦੇ ਕਾਮਲ ਨਹੀਂ ਜਗਾਇਆ ਖਾਬ ਸੇ ਉਹ ਹਿੰਦੁਸਤਾਨ ਜੋ ਸੁੱਤਾ ਪਿਆ ਸੀ ਉਸ ਨੂੰ ਜਗਾਇਆ ਗੁਰੂ ਨਾਨਕ ਸਾਹਿਬ ਨੇ ਔਰ ਕਿਹੜਾ ਉਪਦੇਸ਼ ਦਿੱਤਾ ਕਿਹੜੀ ਵਿਸ਼ੇਸ਼ ਗੱਲ ਸੀ ਜਿਹੜੀ ਇਸ ਤੋਂ ਪਹਿਲਾਂ ਕਦੀ ਕਿਸੇ ਨੇ ਨਹੀਂ ਸੀ ਕੀਤੀ ਉਹ ਸੀ ਵਹਿਦਿਅਤ ਦੀ ਏਕਤਾ ਦੀ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਬਣਾਉਣ ਦੇਣ ਦੀ ਗੁਰੂ ਸਾਹਿਬ ਇਸ ਸੰਸਾਰ ਦੇ ਉੱਤੇ ਆ ਕੇ ਫਿਰ ਆਪਣੇ ਕਰ ਨਹੀਂ ਬੈਠੇ ਉਹਨਾਂ ਨੇ ਚਾਰੋਂ ਦਿਸ਼ਾਵਾਂ ਵੱਲ ਉਹ ਲੰਬੀਆਂ ਯਾਤਰਾਵਾਂ ਕੀਤੀਆਂ। ਔਰ ਬੜੀ ਹੀ ਅਹਿਮ ਗੱਲ ਹੈ ਕਿ ਹਜ਼ੂਰ ਕੇਵਲ ਕਿਸੇ ਖਾਸ ਫਿਰਕੇ ਵੱਲ ਨਹੀਂ ਗਏ। ਉਹਨਾਂ ਨੇ ਕਿਸੇ ਖਾਸ ਦਿਸ਼ਾ ਵੱਲ ਨਹੀਂ ਗਏ। ਤਰਤ ਲੋਕਾਈ ਨੂੰ ਸੋਧਣ ਲਈ ਪੂਰੀ ਸੰਸਾਰ ਲਈ, ਮਾਨਵਤਾ ਲਈ ਗੁਰੂ ਨਾਨਕ ਸਾਹਿਬ ਨੇ ਉਹ ਵਿਖੜੇ ਪੈੰਡੇ ਤੈਅ ਕੀਤੇ। ਗੁਰੂ ਨਾਨਕ ਸਾਹਿਬ ਨੂੰ ਬਖਸ਼ਿਸ਼ ਦਾ ਦਰ ਪਹਿਲੇ ਪ੍ਰਾਪਤ ਹੋ ਚੁੱਕਾ ਸੀ। ਸਾਹਿਬਾਨੋ ਅਕਾਲ ਪੁਰਖ ਵੱਲੋਂ ਬਖਸ਼ਿਸ਼ ਦਾ ਦਰ ਮਿਲ ਚੁੱਕਾ ਸੀ ਉਹ ਬਖਸ਼ੇ ਜਾ ਚੁੱਕੇ ਸਨ ਪਰ ਜਿਹੜੀ ਗੱਲ ਮੋਹਨ ਫਾਨੀ ਨੇ ਬੜੀ ਹੀ ਕਮਾਲ ਦੀ ਇੱਕ ਗੱਲ ਕਹੀ ਹੈ ਉਸਨੇ ਇਸ਼ਾਰਾ ਕੀਤਾ ਹੈ ਦਬਿਸਤਾਨੇ ਮਜ਼ਾਹਬ ਵਿੱਚ ਕਿ ਪਿਛਲੇ ਜਨਮ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਰੀ ਤਪੱਸਿਆ ਕੀਤੀ ਪਾਈ ਗੁਰਦਾਸ ਜੀ ਵੀ ਕਹਿੰਦੇ ਹਨ ਭਾਰੀ ਕਰੀ ਤਪੱਸਿਆ ਵਡੇ ਭਾਗ ਹਰਿ ਸਿਓ ਬਣਿਆਈ ਬਿਲਕੁਲ ਇਨ ਬਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਵੀ ਉਹਨਾਂ ਨੇ ਖੁਦ ਕਿਹਾ ਤੈਂ ਹਮ ਅਦਕ ਤਪਸਿਆ ਸਾਦੀ ਅਦਕ ਤਪਸਿਆ ਔਰ ਪਾਰੀ ਤਪਸਿਆ ਵਿੱਚ ਕੋਈ ਫਰਕ ਨਹੀਂ ਹੈ ਮੋਹ ਸੰਫਾਨੀ ਦਬਿਸਤਾਨ ਵਿੱਚ ਲਿਖਦਾ ਹੈ ਕਿ ਹਜ਼ੂਰ ਨੇ ਜਦੋਂ ਪਾਰੀ ਤਪਸਿਆ ਕੀਤੀ ਤਾਂ ਉਹਨਾਂ ਦੀ ਰੱਬ ਨਾਲ ਬੰਧਾਈ ਉਹ ਰੱਬ ਨਾਲ ਇਕਮਿਕ ਹੋ ਗਏ ਜਿਸ ਨੂੰ ਕਹਿ ਲਿਆ ਜਾਏ ਦ્વੈ ਤੇ ਇੱਕ ਰੂਪ ਹੋਏ ਗਏ ਉਸ ਵੇਲੇ ਅਕਾਲ ਪੁਰਖ ਨੇ ਹੁਕਮ ਕੀਤਾ ਨਾਨਕ ਤੂੰ ਜਨਮ ਮੁਕਤ ਹੈ ਤੇਰੀ ਜਮਾ ਦੀ ਫਾਹੀ ਖਤਮ ਹੈ ਤੂੰ ਜਨਮ ਮੁਕਤ ਹੈ ਤੂੰ ਇਸ ਮਾਰਗ ਦੇ ਉੱਤੇ ਮੁਕਤੀ ਦੇ ਮਾਰਗ ਤੇ ਜਾ ਸਕਦਾ ਹੈ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੋਹ ਸੰਫਾਨੀ ਕਹਿੰਦਾ ਅਜਬ ਪੈਗੰਬਰ ਹੈ ਅਜਬ ਗੱਲ ਹੋਈ ਕਿ ਉਹ ਉਸ ਰਸਤੇ ਤੇ ਤੁਰ ਪਏ ਜਿੱਥੇ ਰੂਹਾਂ ਵਿਲਿਚ ਰਹੀਆਂ ਸਨ ਤੜਪ ਰਹੀਆਂ ਸਨ ਘੁਰਲਾ ਰਹੀਆਂ ਸਨ ਸਾਹਿਬ ਨਾ ਜਦੋਂ ਸਾਹਿਬਾਨੇ ਜਦੋਂ ਇਹ ਮੰਜ਼ਰ ਦੇਖਿਆ ਉਹ ਰੂਹਾਂ ਨੂੰ ਵੇਖਿਆ ਤਾਂ ਤਰਸ ਖਾ ਕੇ ਉਹ ਅਕਾਲ ਪੁਰਖ ਦੇ ਰੱਬ ਦੇ ਦਰ ਤੇ ਆਜ਼ਿਜ਼ ਹੋ ਕੇ ਟੈਪੇ ਔਰ ਕਹਿਣ ਲਗੇ ਇਹਨਾਂ ਨੂੰ ਵੀ ਬਖਸ਼ ਲਓ ਕਰਤਾ ਪੁਰਖ ਦਾ ਹੁਕਮ ਹੋਇਆ ਇਹ ਰੂਹਾਂ ਬਖਸ਼ੀਆਂ ਨਹੀਂ ਜਾ ਸਕਦੀਆਂ ਗੁਰਨਾਨਕ ਪਾਤਸ਼ਾ ਵਜ਼ਿੱਦ ਹੋ ਗਏ ਆਜ਼ਿਜ਼ ਹੋ ਕੇ ਕਰਤਾ ਪੁਰਖ ਦੇ ਦਰ ਤੇ ਟੈਪੇ ਇਹਨਾਂ ਨੂੰ ਬਖਸ਼ਿਸ਼ ਦਾ ਦਰ ਪ੍ਰਾਪਤ ਕਰਾਓ ਅਕਾਲ ਪੁਰਖ ਵੱਲੋਂ ਹੁਕਮ ਹੋਇਆ ਇਸ ਲਈ ਇੱਕ ਤਰੀਕਾ ਹੈ ਇਹਨਾਂ ਨੂੰ ਮਨੁੱਖਾ ਜਨਮ ਦਿੱਤਾ ਜਾਏਗਾ ਕਈ ਜਨਮ ਬੇਕੀਟ ਪਤੰਗਾ ਕਈ ਜਨਮ ਕਜਮੀਨ ਕੁਰੰਗਾ ਫਿਰ ਇਹ ਮਨੁੱਖਾ ਜਨਮ ਜੋ ਦੁਰਲਭ ਦੇਹੀ ਹੈ ਇਹਨਾਂ ਨੂੰ ਪ੍ਰਾਪਤ ਹੋਏਗੀ ਉਸ ਵਿੱਚ ਇਹ ਚਾਹਣ ਤਾਂ ਆਪਣਾ ਆਪ ਸਵਾਰ ਸਕਣਗੇ ਤਾਂ ਗੁਰੂ ਨਾਨਕ ਸਾਹਿਬ ਨੇ ਇੱਕ ਅਜ ਬਰਦਾਸ ਕੀਤੀ ਉਹ ਅਕਾਲ ਪੁਰਖ ਨੂੰ ਕਹਿਣ ਲੱਗੇ ਜੇ ਤੁਸੀਂ ਇਹਨਾਂ ਨੂੰ ਸੰਸਾਰ ਤੇ ਭੇਜਣਾ ਹੈ ਤਾਂ ਇਹਨਾਂ ਦੀ ਖਿਦਮਤ ਲਈ ਇਹਨਾਂ ਦੀ ਸੇਵਾ ਲਈ ਇਹਨਾਂ ਨੂੰ ਮਾਰਗ ਦੱਸਣ ਲਈ ਮੈਨੂੰ ਵੀ ਧਰਤੀ ਦੇ ਉੱਤੇ ਭੇਜਿਆ ਜਾਏ ਜਨਮ ਮਰਨ ਦੋਹੂ ਮੇ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬਕਸਦ ਲਈ ਆਏ ਬਲੇ ਹਾਰੇ ਗੁਰਿ ਆਪੜੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਤ ਉਸ ਆਪ ਨਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ ਕਾਲ ਪੁਰਖ ਦੇ ਸਰਗਣ ਸਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਅੱਜ ਦੇ ਦਿਨ ਰਾਏ ਕੋਏ ਕੀ ਤਲਵੰਡੀ ਵਿਖੇ ਹੋਇਆ। ਔਰ ਕਿੰਨੀ ਹੈਰਾਨੀ ਦੀ ਗੱਲ ਹੈ। ਅੱਜ ਅਸੀਂ ਆਪਸ ਵਿੱਚ ਪੰਜ ਬੰਦੇ ਬਹਿ ਕੇ ਅਸੀਂ ਵਿਚਾਰ ਨਹੀਂ ਕਰ ਸਕਦੇ। ਪਰ ਉਹ ਕਿਹੜਾ ਕ੍ਰਿਸ਼ਮਾ ਸੀ ਉਹ ਕਿਹੜੀ ਤਾਕਤ ਸੀ ਜਿਸ ਦੇ ਨਾਲ ਗੁਰਨਾਨਕ ਸਾਹਿਬ ਉਹ ਡੇਢ ਸਾਲ ਮੱਕੇ ਦੇ ਵਿੱਚ ਰਹੇ। ਆਖਰ ਉਹ ਕਿਹੜੀ ਕਾਮਨ ਚੀਜ਼ ਹੋਏਗੀ ਉਹ ਕਿਹੜੀ ਗੁਫ਼ਤਗੋਈ ਦੀ ਉਹ ਕਿਹੜੇ ਵਿਚਾਰਾਂ ਦੀ ਸਾਂਝ ਹੋਏਗੀ ਜਿਸ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਦੇ ਵਿੱਚ ਡੇਢ ਸਾਲ ਰਹਿੰਦੇ ਹਨ ਜਿਸ ਇਲਾਕੇ ਨੂੰ ਮਲੇਛ ਦੇਸ਼ ਕਿਹਾ ਜਾਂਦਾ ਸੀ ਜਿਸ ਇਲਾਕੇ ਨੂੰ ਮਲੇਛ ਭੂਮੀ ਕਿਹਾ ਜਾਂਦਾ ਸੀ ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਇਤਨਾ ਲੰਬਾ ਸਮਾਂ ਵਿਚਰਦੇ ਹਨ ਉਹ ਜੋਗੀ ਜਿਹੜੇ ਆਪਣਾ ਘਰ-ਕਾੜ ਛੱਡ ਚੁੱਕੇ ਸਨ ਜਿਹੜੇ ਆਪਣਾ ਫਰਜ਼ ਛੱਡ ਚੁੱਕੇ ਸਨ ਉਹਨਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਵਿੱਚ ਜਾਂਦੇ ਹਨ ਕਦੇ ਉਹ ਠੱਗਾਂ ਦੇ ਦੇਸ਼ ਵਿੱਚ ਜਾਂਦੇ ਹਨ ਠੱਗ ਜਿਵੇਂ ਅਸੀਂ ਆਮ ਸਮਝਦੇ ਹਾਂ ਇਹ ਠੱਗ ਨਹੀਂ ਹੁੰਦਾ ਠੱਗੀ ਹਿੰਦੁਸਤਾਨ ਦਾ ਇੱਕ ਪ੍ਰੋਫੈਸ਼ਨ ਸੀ ਠੱਗ ਇੰਟਰਨੈਸ਼ਨਲ ਰੋਬਰਸ ਨੂੰ ਕਿਹਾ ਜਾਂਦਾ ਸੀ ਜਿਹੜੇ ਪੇਸ ਵਟਾ ਕੇ ਬੜੇ ਭੱਦਰਪੁਰਸ਼ ਹੁੰਦੇ ਸਨ ਜਿਹੜੇ ਜ਼ਿਆਦਾਤਰ ਕਾਲੀ ਦੇ ਉਪਾਸ਼ਕ ਹੁੰਦੇ ਸਨ ਹਿੰਦੁਸਤਾਨ ਦਾ ਇੱਕ ਬੇਸ਼ਅਸੀ ਠੱਗੀ ਉਹ ਜਿਹੜੇ ਸੰਬਰਾਤ ਔਰ ਜਿਹੜੇ ਅੱਛੇ ਕਰਾਣਿਆਂ ਦੇ ਲੋਕ ਹੁੰਦੇ ਸਨ ਉਹ ਤੀਰਥ ਯਾਤਰਾ ਤੇ ਜਾ ਰਹੇ ਲੋਕਾਂ ਦੇ ਨਾਲ ਧਾਰਮਿਕ ਜਿਹੜੇ ਕਾਫਲੇ ਸਨ ਉਹਨਾਂ ਦੇ ਨਾਲ ਰਲ ਜਾਂਦੇ ਸਨ ਉਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਸੀ ਹੁੰਦਾ ਉਹਨਾਂ ਠੱਗਾ ਕੋਲ ਉਹਨਾਂ ਕੋਲ ਕੇਵਲ ਇੱਕ ਰੁਮਾਲ ਹੁੰਦਾ ਸੀ ਔਰ ਉਹ ਨਾਲ ਤੁਰਦੇ ਸਨ ਭਜਨ ਬੰਦਗੀ ਕਰਦੇ ਜਾਂਦੇ ਸਨ ਔਰ ਜਿਸ ਵੇਲੇ ਮੌਕਾ ਦੇਖਦੇ ਸਨ ਤਾਂ ਉਸ ਵੇਲੇ ਉਸ ਰੁਮਾਲ ਦੇ ਨਾਲ ਉਸ ਵਿਅਕਤੀ ਦਾ ਗਰਦਨ ਗਲਾ ਕੋਟ ਦਿੰਦੇ ਸਨ ਔਰ ਉਸ ਦੀ ਸਾਰਾ ਪੈਸਾ ਲੁੱਟ ਲੈਂਦੇ ਸਨ ਉਸ ਦੇ ਵਿੱਚੋਂ ਉਹ ਕੁਝ ਦੇਵੀ ਦੀ ਉਪਾਸ਼ਨਾ ਵਿੱਚ ਉਹ ਦੇਵੀ ਨੂੰ ਪੇਟ ਕਰਦੇ ਸਨ ਕੁਝ ਆਪਣੇ ਇਲਾਕੇ ਦੇ ਰਾਜੇ ਨੂੰ ਪੇਟ ਕਰਦੇ ਸਨ ਔਰ ਬਾਕੀ ਆਪਣੇ ਕੋਲ ਰੱਖਦੇ ਸਨ ਇਹ ਠੱਗ ਸੀ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਨਾਲ ਵੀ ਗਏ ਉਹਨਾਂ ਨੂੰ ਜਾ ਕੇ ਵੀ ਉਹਨਾਂ ਨੂੰ ਸਿੱਧੇ ਮਾਰਗ ਤੇ ਉਹਨਾਂ ਨੂੰ ਸੱਜਣ ਬਣਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਕਿਸ ਦੇ ਕੋਲ ਨਹੀਂ ਗਏ ਜੇਕਰ ਸੁਮੇਰ ਪਰਬਤ ਤੇ ਗਏ ਹਨ ਤਾਂ ਹਜ਼ੂਰ ਦਾ ਬਸਤਰ ਕੀ ਹੋ ਜਾਈ ਹਨ ਜਨਮ ਸਾਖੀ ਚੋਂ ਕਦੀ ਪੁੱਛੀਏ ਤਾਂ ਜਨਮ ਸਾਖੀ ਗਵਾਹੀ ਦਿੰਦੀ ਹੈ ਹਜ਼ੂਰ ਨੇ ਚਮੜੇ ਦੇ ਕੱਪੜੇ ਪਾਏ ਹਨ ਕਮਰ ਤੇ ਰਸੇ ਲਪਟੇ ਹਨ ਹੱਥ ਵਿੱਚ ਕੁਹਾੜੀ ਹੈ ਇੱਕ ਮਾਉਂਟੇਨੀਅਰ ਦੀ ਡਰੈੱਸ ਹੈ ਕੀ ਲੋੜ ਪੈ ਗਈ ਗੁਰੂ ਨਾਨਕ ਪਾਤਸ਼ਾਹ ਨੂੰ ਇਤਨੇ ਵਿਖੜੇ ਪੈਂਡੇ ਤੈਅ ਕਰਨ ਦੀ ਪਰ ਅਕਾਲ ਪੁਰਖ ਨਾਲ ਵਾਅਦਾ ਕੀਤਾ ਸੀ ਪਹਿਲਾ ਬਾਬੇ ਪਾਇਆ ਬਖਸਦਰ ਪਿੱਛੋ ਦੇ ਫਿਰ ਕਾਲ ਕਮਾਈ ਰੇਤ ਅਕ ਆਹਾਰ ਕਰ ਰੋੜਾ ਦੀ ਗੁਰ ਕਰੀ ਵਿਛਾਈ ਸਾਡੇ ਵਰਗਿਆਂ ਨੂੰ ਵਿਲਚਦੀਆਂ ਰੂਹਾਂ ਨੂੰ ਉਸ ਮਾਰਗ ਤੇ ਪਾਣ ਲਈ ਸਾਰੇ ਸੰਸਾਰ ਨੂੰ ਕੇਵਲ ਇੱਕ ਪੈਗਾਮ ਦਿੱਤਾ ਹੋਰ ਕੋਈ ਪੈਗਾਮ ਨਹੀਂ ਦਿੱਤਾ ਕੇਵਲ ਇੱਕੋ ਇੱਕ ਗੱਲ ਸੀ ਇੱਕ ਪਿਤਾ ਇੱਕ ਸਕੇ ਹਮਾਰ ਤੂੰ ਮੇਰਾ ਗੁਰ ਹੈ ਸਾਰਿਆਂ ਦਾ ਕਰਤਾ ਇੱਕ ਹੈ ਸਾਰਿਆਂ ਦਾ ਸਿਰਜਣਹਾਰ ਇੱਕ ਹੈ ਜਿੰਨੇ ਵੀ ਮਹਾਪੁਰਸ਼ ਹੋ ਚੁੱਕੇ ਹਨ ਅਪਨੇ ਅਪਨੇ ਸਮੇਚ ਹੋ ਚੁੱਕੇ ਹਨ ਭਾਵੇਂ অবতার ਹਨ ਉਹ ਭਾਵੇਂ ਪੈਗੰਬਰ ਹਨ ਉਹ ਸਾਰੇ ਮੁਬਾਰਕ ਹਨ ਉਹ ਮੇਰੇ ਕਰਤਾਪੁਰਖ ਦੀ ਇੱਕ ਛੋਟੀ ਜੀ ਕਿਰਤ ਹਨ ਉਹ ਕਰਤਾਪੁਰਖ ਕਿੰਨਾ ਸੋਹਣਾ ਹੈ ਜਿਸ ਦੀ ਰਚਨਾ ਜਿਸ ਦੀ ਕਿਰਤ ਇਤਨੀ ਸੋਹਣੀ ਹੈ ਇਹ ਪੈਗਾਮ ਸੀ ਜਿਸ ਨੂੰ ਲੈ ਕੇ ਹਜ਼ੂਰ ਮੱਕੇ ਦੇ ਵਿੱਚ ਗਏ ਹਨ ਜਿਸ ਨੂੰ ਲੈ ਕੇ ਸਿੱਧਾਂ ਦੇ ਕੋਲ ਗਏ ਹਨ ਔਰ ਉਹਨਾਂ ਨੂੰ ਖੁੰਦਕ ਦਵਾ ਕੇ ਖਾਧੀ ਖੁਣਸ ਜੁਗੀਸਰਾ ਉਹਨਾਂ ਨੂੰ ਖੰਦਕ ਦਵਾ ਕੇ ਅਗਲੀ ਵਾਰ ਉਹਨਾਂ ਨੂੰ ਮਾਤ ਲੋਕ ਵਿੱਚ ਵਾਪਸ ਲੈ ਕੇ ਆਏ ਹਨ ਸਹਬਾਂ ਦੀ ਅਗਲੀ ਮੁਲਾਕਾਤ ਅਚਲ ਬਟਾਲੇ ਵਿੱਚ ਹੋਈ ਹੈ ਉਹਨਾਂ ਨੇ ਪੁੱਛਿਆ ਸਹਬਾਂ ਨੇ ਉਹਨਾਂ ਨੂੰ ਕਿਤਨੀ ਤਾੜਨਾ ਕੀਤੀ ਕਿ ਆਗੇ ਪਾਛੇ ਰੋਵੇ ਪੂਤ ਜੋਗ ਨਾ ਪਾਇਆ ਜੁਗਤ ਗਵਾਈ ਕਿਤ ਕਾਰਨ ਸਿਰਛਾਈ ਪਾਈ ਕਾਦੇ ਲਈ ਤੁਸੀਂ ਸਿਰ ਚ ਸਵਾਪ ਆਈ ਹੈ ਤਾਂ ਉਹਨਾਂ ਨੇ ਹਜ਼ੂਰ ਨੂੰ ਪੁੱਛਿਆ ਕਿ ਤੂੰ ਆਪਣੇ ਬੱਚੇ ਨਹੀਂ ਛੱਡ ਆਇਆ ਕਿ ਤੂੰ ਆਪਣਾ ਪਰਿਵਾਰ ਨਹੀਂ ਛੱਡ ਆਇਆ ਤਾਂ ਹਜ਼ੂਰ ਨੇ ਜਿਹੜਾ ਮੈਸੇਜ ਦਿੱਤਾ ਜਿਹੜਾ ਸੰਦੇਸ਼ ਦਿੱਤਾ ਕਦੀ ਉਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਗੁਰੂ ਨਾਨਕ ਸਾਹਿਬ ਕਿਸ ਨੂੰ ਐਡਰੈਸ ਕਰ ਰਹੇ ਹਨ ਉਹਨਾਂ ਦੀ ਆਡੀਅנס ਕਿਹੜੀ ਹੈ ਉਹ ਕਿਸ ਨੂੰ ਮੁਖਾਤਬ ਹੋ ਰਹੇ ਹਨ ਗੁਰੂ ਸਾਹਿਬ ਉਹਨਾਂ ਸਿੱਧਾਂ ਨੂੰ ਕਹਿ ਰਹੇ ਹਨ ਕਹਿ ਰਹੇ ਹਨ ਗੁਰਮੁਖ ਖੋਜਿਤ ਭਏ ਉਦਾਸੀ ਮੈਂ ਤਾਂ ਗੁਰੂ ਗੁਰਮੁਖ ਲੱਭਣ ਆਇਆ ਹਾਂ ਗੁਰਮੁਖ ਕੌਣ ਹੈ ਜਿਸ ਦਾ ਮੂੰਹ ਕਰਤਾ ਪ੍ਰਖਵਲ ਹੈ ਜਿਸ ਦਾ ਮੂੰਹ ਪਰਮਾਤਮਾ ਵਾਲ ਹੈ ਜੋ ਗੁਰੂ ਦੀ ਗੱਲ ਸੁਣ ਰਿਹਾ ਹੈ ਜੋ ਰੱਬ ਦੀ ਗੱਲ ਸੁਣ ਰਿਹਾ ਹੈ ਜੋ ਪਰਮਾਤਮਾ ਦੀ ਗੱਲ ਸੁਣ ਰਿਹਾ ਹੈ ਦੂਸਰੇ ਪਾਸੇ ਉਹ ਹੈ ਜਿਹੜੇ ਮਨਮੁਖ ਹਨ ਜਿਹੜੇ ਮਨ ਦੀ ਗੱਲ ਸੁਣ ਰਹੇ ਹਨ ਦੋਹੀ ਕੈਟਾਗਰੀ ਗੁਰਨਾਨਕ ਸਾਹਿਬ ਨੂੰ ਨਜ਼ਰ ਆਈਆਂ ਇੱਕ ਗੁਰਮੁਖ ਹੈ ਇੱਕ ਮਨਮੁਖ ਹੈ ਉਸ ਸ਼੍ਰੇਣੀ ਨੂੰ ਗੁਰੂ ਵੱਲ ਜੋੜਨਾ ਪਰਮਾਤਮਾ ਵੱਲ ਜੋੜਨਾ ਉਸ ਦੇ ਲਈ ਹਜ਼ੂਰ ਨੇ ਇਤਨੀਆਂ ਲੰਬੀਆਂ ਯਾਤਰਾਵਾਂ ਕੀਤੀਆਂ ਇਤਨੀਆਂ ਕਾਲਣਾ ਕਾਲੀਆਂ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਉਸ ਤੋਂ ਬਾਅਦ ਤਸਵੀਰਾਂ ਦੇ ਰਾਂ ਅਸੀਂ ਗੁਰੂ ਸਾਹਿਬ ਦੇ ਉਸ ਪਾਵਨ ਜੀਵਨ ਨੂੰ ਬੜੇ ਥੋੜੇ ਜੇ ਸਮੇਂ ਵਿੱਚ ਅਸੀਂ ਕੋਸ਼ਿਸ਼ ਕਰੀਏ ਕਿ ਇੱਕ ਚਲਕ ਮਾਤਰ ਅਸੀਂ ਦੇਖ ਸਕਦੇ ਹਾਂ ਅਸੀਂ ਵੱਡਪਾਗੀ ਹੋਵਾਂਗੇ ਜੇ ਉਹਨਾਂ ਦੇ ਜੀਵਨ ਦੀ ਇੱਕ ਚਲਕ ਮਾਤਰ ਉਸ ਦੀ ਇੱਕ ਰੋਸ਼ਨੀ ਮਾਤਰ ਵੀ ਅਗਰ ਸਾਡੇ ਅੰਦਰ ਕਰ ਕਰ ਜਾਏ ਨਹੀਂ ਤਾਂ ਉਹ ਇਤਨੀ ਪ੍ਰਚੰਡ ਰੋਸ਼ਨੀ ਹੈ ਅਸੀਂ ਉਸ ਨੂੰ ਬਰਦਾਸ਼ਤ ਕਰਨ ਲਾਇਕ ਵੀ ਨਹੀਂ ਹਾਂ ਸੋ ਇੱਕ ਛੋਟੇ ਜਿਹੇ ਬ੍ਰੇਕ ਉਸਦੇ ਬਾਅਦ ਆਪ ਦੀ ਸੇਵਾ ਵਿੱਚ ਫਿਰ ਹਾਜ਼ਰ ਹੋ। ਹਲੇ ਯਾਰਾ ਹਲੇ ਯਾਰਾ ਖੁਸ਼ਖਬਰੀ ਸਾਬਾ ਦੇ ਪ੍ਰਕਾਸ਼ ਉਤਸਵ ਦੇ ਉੱਤੇ ਉਹਨਾਂ ਦੇ ਪ੍ਰਕਾਸ਼ ਦਿਵਸ ਦੇ ਉੱਤੇ ਖੁਸ਼ੀਆਂ ਵੰਡਦੇ ਹੋਏ ਵਧਾਈਆਂ ਲੈਂਦੇ ਹੋਏ ਆਪ ਦਾ ਮੋਢਾ ਸਵਾਗਤ ਹੈ। ਅਸੀਂ ਸਤਿਗੁਰ ਸੱਚੇ ਪਾਤਸ਼ਾਹ ਦੇ ਉਸ ਅਗੰਮੀ ਜੀਵਨ ਦੀਆਂ ਕੁਝ ਕੁ ਚਲਕਾਂ ਜਿਹੜੀਆਂ ਅਸੀਂ ਤਸਵੀਰਾਂ ਰਾਈ ਵੇਖਣ ਦੀ ਕੋਸ਼ਿਸ਼ ਕਰਾਂਗੇ ਔਰ ਫਿਰ 9 ਵਜੇ ਅਸੀਂ ਆਪਦੀਆਂ ਖਾਲਸ ਲਵਾਂਗੇ ਇਸ ਪ੍ਰੋਗਰਾਮ ਦੇ ਬਾਰੇ ਜਾਂ ਹੋਰ ਆਪ ਜੋ ਸੁਝਾ ਦੇਣਾ ਚਾਹਣ ਸਭ ਤੋਂ ਪਹਿਲੀ ਤਸਵੀਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਬਾਰੇ ਜਿਹੜੀ ਗੱਲ ਕਹੀ ਸਤਗੁਰੂ ਨਾਨਕ ਪ੍ਰਗਟਿਆ ਮਿੱਠੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਿੰਘ ਬੁਕੇ ਮਰਗਾਵਲੀ ਪੰਨੀ ਜਾਏ ਨਾ ਤੀਰ ਤਰੋਆ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋਆ ਕਰ ਕਰੇ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਆ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਟੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਇਹ ਜਿਹੜਾ ਪੈਗਾਮ ਸੀ ਕਿ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਇਹ ਬਹੁਤ ਰਮਜ਼ ਹੈ ਇਹ ਕਮਾਲ ਦੀ ਗੱਲ ਹੈ ਜਦੋਂ ਸੂਰਜ ਛਿੜਦਾ ਹੈ ਤਾਰੇ ਮਰਦੇ ਨਹੀਂ ਐਸੇ ਐਸੇ ਤਾਰੇ ਹਨ ਜੋ ਸੂਰਜ ਤੋਂ ਹਜ਼ਾਰਾਂ ਗੁਣਾ ਵੱਡੇ ਹਨ ਉਹਨਾਂ ਦੀ ਤਾਕਤ ਬਹੁਤ ਵੱਡੀ ਹੈ ਉਹਨਾਂ ਦੀ ਉਹਨਾਂ ਦਾ ਪ੍ਰਚੰਡ ਪ੍ਰਤਾਪ ਹੈ ਪਰ ਜਦੋਂ ਸੂਰਜ ਛਿੜਦਾ ਹੈ ਉਹ ਖਤਮ ਨਹੀਂ ਹੁੰਦੇ ਸਾਡਾ ਕੰਮ ਧਰਤੀ ਮਾਤ ਲੋਕ ਦੇ ਵਿੱਚ ਜੀਣ ਵਾਲਿਆਂ ਦਾ ਕੰਮ ਉਹ ਸੂਰਜ ਦੇ ਸਕਦਾ ਹੈ ਉਹ ਵਿਸ਼ਾਲ ਤਾਰੇ ਨਹੀਂ ਦੇ ਸਕਦੇ ਸਾਡੀਆਂ ਫਸਲਾਂ ਸੂਰਜ ਨੇ ਸੁਕਾਉਣੀਆਂ ਹਨ ਸਾਡੀਆਂ ਫਸਲਾਂ ਸੂਰਜ ਨੇ ਪਕਾਣੀਆਂ ਹਨ ਸਾਡੇ ਸਾਰੇ ਕੰਮ ਸੂਰਜ ਤੋਂ ਹੋਣੇ ਹਨ ਉਹ ਤਾਰੇ ਵਿਸ਼ਾਲ ਹੁੰਦੇ ਹੋਏ ਉਹ ਫਿਲਾਸਫੀਜ਼ ਮਹਾਨ ਫਿਲਾਸਫੀ ਉਹ ਸਿਧਾਂਤ ਮਹਾਨ ਸਿਧਾਂਤ ਸਨ ਗੁਰਨਾਨਦ ਪਾਤਸ਼ਾਹ ਨੇ ਆ ਕੇ ਕਿਸੇ ਨੂੰ ਰੱਦ ਨਹੀਂ ਕੀਤਾ ਕਿਸੇ ਨੂੰ ਖਤਮ ਨਹੀਂ ਕੀਤਾ ਕਿਸੇ ਨੂੰ ਸਮਾਪਤ ਨਹੀਂ ਕੀਤਾ ਗਾਵਣ ਤੁਧਨੋ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਇਤਨਾ ਕੁਝ ਕਹਿ ਕੇ ਅਖੀਰ ਵਿੱਚ ਕੀ ਬਖਸ਼ਿਸ਼ ਕਰ ਰਹੇ ਹਨ ਸਹੀ ਤੁਧ ਨੂੰ ਗਾਵਨ ਜੋ ਤੁਧ ਪਾਵਨ ਜੇ ਤੈਨੂੰ ਚੰਗੇ ਲੱਗਦੇ ਹਨ ਤਾਂ ਫਿਰ ਮੈਂ ਮਾੜਾ ਕਿਦਾਂ ਕਹਿ ਸਕਦਾ ਇਹ ਮਹਾਨ ਫਿਲਾਸਫੀ ਸਾਬਾ ਨੇ ਦਿੱਤੀ ਸੋ ਜਿਸ ਦੇ ਬਾਰੇ ਪਾਈ ਗੁਰਦਾਸ ਜੀ ਨੇ ਕਿਹਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਤਾਰੇ ਛੁਪ ਗਏ ਉਹ ਰੋਸ਼ਨੀ ਗੁਰਨਾਨਕ ਪਾਤਸ਼ਾਹ ਦੀ ਰੋਸ਼ਨੀ ਇਤਨੀ ਚਕਾ ਚੌਂਦ ਕਰਨ ਵਾਲੀ ਸੀ ਕੇ ਕਰ ਕਰ ਬਾਬਾ ਗਾਵੀਏ ਹਟ ਖੁੱਲ ਗਈ ਬਾਬੇ ਨਾਨਕ ਦੀ ਸੌਦਾ ਲੈਣਗੇ ਨਸੀਬਾਂ ਵਾਲੇ ਸਾਬਾ ਨੂੰ ਹਰ ਇੱਕ ਨੇ تسلیم ਕੀਤਾ ਹਰ ਇੱਕ ਨੇ ਬਾਬੇ ਨੂੰ ਸਜਦਾ ਕੀਤਾ ਔਰ ਝਗੜਾ ਸੀ ਉਹਨਾਂ ਦੇ ਆਣ ਕਰਕੇ ਇੱਕ ਝਗੜਾ ਵੀ ਪੈਦਾ ਹੋਇਆ ਉਹ ਝਗੜਾ ਇਹ ਨਹੀਂ ਸੀ ਝਗੜਾ ਇਹ ਸੀ ਕਿ ਬਾਬਾ ਮੇਰਾ ਹੈ ਉਹ ਕਹਿੰਦੇ ਬਾਬਾ ਮੇਰਾ ਹੈ ਬਾਬਾ ਸਾਰਿਆਂ ਦਾ ਸੀ ਕਰ ਕਰ ਬਾਬਾ ਗਾਵੀਏ ਇਹ ਜਿਹੜਾ ਪੈਗਾਮ ਸਾਹਿਬਾਂ ਨੇ ਜਿਹੜਾ ਦਿੱਤਾ ਜਿਹੜੀ ਵਹਿਦੀਅਤ ਦਾ ਜਿਹੜੀ ਇਨਸਾਨੀਅਤ ਨੂੰ ਉਹ ਜਿਹੜਾ ਪੈਗਾਮ ਸਾਹਿਬਾਂ ਨੇ ਦਿੱਤਾ 14 ਰਤਨ ਮਿਥਿਹਾਸ ਵਿੱਚ ਅੰਕਿਤ ਹਨ 14 ਰਤਨ ਨਿਕਾਲੇਨ 14 ਰਤਨ ਜਿਹੜੇ ਸਨ ਸਮੁੰਦਰ ਮੰਥਨ ਚੋਂ ਮਿਥਿਹਾਸ ਨੇ ਕੱਢੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆ ਕੇ 14 ਰਤਨ ਇੱਕ ਥਾਲ ਵਿੱਚ ਪਰੋਸ ਕੇ ਦਿੱਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਹ 14 ਅੱਖਰ ਹਨ ਇਹ 14 ਰਤਨ ਹਨ ਜਿਹੜੇ ਸਾਈਭਾ ਨੇ ਦਿੱਤੇ ਥਾਲ ਵਿੱਚ ਤਿੰਨ ਵਸਤੂ ਪਈ ਉਹ ਸਤ ਸੰਤੋਖ ਵਿਚਾਰੋ ਇਹ ਜਿਹੜੇ ਅੰਮ੍ਰਿਤ ਰਤਨ ਹਨ ਇਹ ਜਿਹੜੇ ਅਨਮੋਲ ਰਤਨ ਸਨ ਜਿਨ੍ਹਾਂ ਦੀ ਸਾਰੀ ਇਹਨਾਂ ਦੀ ਵਿਆਖਿਆ ਸਾਹਿਬ ਸ੍ਰੀ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ ਜਿਹੜੀ ਜੁਗੋ ਜੁਗਾ ਟਲ ਚਵਰਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ 14 ਰਤਨਾਂ ਦੀ ਵਿਆਖਿਆ ਹੈ। ਔਰ ਇਹ ਨਾ ਹਿੰਦੂ ਹਨ ਨਾ ਮੁਸਲਮਾਨ ਹਨ। ਇਹ ਤਾਂ ਉਸ ਕਰਤਾਪੁਰਖ ਦੀ ਅਗੰਮੀ ਬਖਸ਼ਿਸ਼ ਹਨ। ਜੇ ਕੋ ਖਾਵੇ, ਜੇ ਕੋ ਪੁੰਚੇ, ਤਿਸਕਾ ਹੋਇਓ ਧਾਰੋ। ਜੋ ਵੀ ਇਸ ਨੂੰ ਵਰਤੇਗਾ ਔਰ ਜਿਨ੍ਹਾਂ ਨੇ ਇਸ ਨੂੰ ਖਾ ਲਿਆ, ਹਾਜੀ ਮਸਕੀਨ ਵਰਗੇ ਆਏ ਜਦੋਂ ਉਹਨਾਂ ਨੇ ਉਹ ਚੰਦਨ ਦਾ ਚੋਰ ਜਦੋਂ ਹਰਮੰਦਰ ਸਾਹਿਬ ਵਿੱਚ ਪੇਟ ਕੀਤਾ ਤਾਂ ਉਹ ਜ਼ਾਰ-ਜ਼ਾਰ ਰੋ ਰਹੇ ਸਨ। ਉਹ ਕਹਿ ਰਹੇ ਸਨ ਕਿ ਜਦੋਂ ਮੈਂ ਮੱਕੇ ਦੇ ਵਿੱਚ ਗਿਆ ਤਾਂ ਮੈਂ ਉਹਦੀ ਤਵਾਫ ਕੀਤੀ ਜਦੋਂ ਮੈਂ ਉਹਦੀ ਪ੍ਰਕਰਮਾ ਕੀਤੀ ਮੱਕੇ ਦੀ ਮੈਨੂੰ ਮੱਕੇ ਦੇ ਵਿੱਚ ਉੱਥੇ ਪਈ ਹੋਈ ਤਰੇੜ ਨਜ਼ਰ ਆਈ ਹਾਜੀ ਮਸਕੀਨ ਕਹਿਣ ਲੱਗੇ ਮੈਨੂੰ ਪਤਾ ਨਾ ਲੱਗਾ ਇਹ ਕਿਸ ਤਰ੍ਹਾਂ ਹੋਇਆ ਕਈਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਹਿੰਦੁਸਤਾਨ 'ਚ ਇੱਕ ਪੀਰ ਆਏ ਸਨ ਜਿਹੜੇ ਇੱਥੇ ਪਹੁੰਚੇ ਮੱਕੇ ਨੇ ਉਹਨਾਂ ਦੀ ਤਵਾਫ ਕੀਤੀ ਬੱਕੇ ਨੇ ਉਹਨਾਂ ਦੀ ਪ੍ਰਕਰਮਾ ਕੀਤੀ ਇਹ ਤਰੇੜ ਆ ਗਈ ਤਾਂ ਕਹਿਣ ਲੱਗੇ ਮੈਂ ਲਬਦਾ ਲਬਦਾ ਉਹਨਾਂ ਦੇ ਦਰ ਦੀ ਪ੍ਰਕਰਮਾ ਕਰਨ ਆਇਆ ਹਟ ਖੁੱਲ ਗਈ ਬਾਬੇ ਨਾਨਕ ਦੀ ਸੌਦਾ ਲੈਣਗੇ ਨਸੀਬਾਂ ਵਾਲੇ ਅਗਲੀ ਜਿਹੜੀ ਤਸਵੀਰ ਹੈ ਜਿਹੜੀ ਆਪ ਵੇਖ ਰਹੇ ਹੋ ਇਹ ਵੀ ਉਸੇ ਪੈਗਾਮ ਨੂੰ ਦੱਸਦੀ ਹੈ ਕਿ ਜਿਸ ਦੇ ਬਾਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਕਿਹਾ ਹੈ ਕਿ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜੈ ਤੈ ਭਏ ਸਹਾਈ ਦੇ ਨੇ ਇਹ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ ਜੋ ਤਾਂ ਕੇ ਮਾਰਗ ਮੈਂ ਆਏ ਤੇ ਕਭੂ ਨਹੀਂ ਪਾਪ ਸੰਤਾਏ ਜੇ ਜੇ ਪੰਥ ਤਵਨ ਕੇ ਪਰੇ ਪਾਪ ਤਾਪ ਤਿੰਨ ਕੇ ਪ੍ਰਭ ਹਰੇ ਦੁਖ ਪੂਖ ਕਭੂ ਨ ਸੰਤਾਏ ਜਾਲ ਕਾਲ ਕੇ ਵਿੱਚ ਨ ਆਏ ਕਿਹੜੀ ਅਗਲੀ ਤਸਵੀਰ ਆਪ ਦੇਖ ਰਹੇ ਹੋ ਇਹ ਨਨਕਾਣਾ ਸਾਹਿਬ ਦੀ ਉਹ ਪਾਵਨ ਧਰਤੀ ਹੈ ਇਹ ਉਹ ਸਟੇਸ਼ਨ ਹੈ ਉੱਥੇ ਦਾ ਅਗਲੀ ਤਸਵੀਰ ਵਿੱਚ ਵੀ ਨਨਕਾਣਾ ਸਾਹਿਬ ਦੇ ਉਸੇ ਥਾਨ ਦਾ ਮੰਜ਼ਰ ਹੈ ਨਜ਼ਾਰਾ ਹੈ ਤੇਜਾ ਸਿੰਘ ਸਾਬਰ ਕਹਿਣ ਲੱਗੇ ਜਦੋਂ ਮੈਂ ਨਨਕਾਣਾ ਸਾਹਿਬ ਗਿਆ ਜਦੋਂ ਮੈਂ ਆਪਣੀ ਕਵਤਾ ਪੜਨ ਲੱਗਾ ਦਿਲ ਮੇਰਾ ਅੰਦਰੋਂ ਅੰਦਰੀ ਹੁਸ ਗਿਆ ਇੰਜ ਲੱਗਾ ਕਿਹਾ ਨਾਨਕ ਸ਼ਾਇਰ ਨੇ ਕਿਉਂ ਕਵੀਆਂ ਦੇ ਲਈ ਮੁਸ ਗਿਆ ਜਾਂ ਕੌਮ ਮੇਰੀ ਨੂੰ ਆਖ ਦਵੇਂ ਨਨਕਾਣਾ ਤੂੰ ਹੱਥੋਂ ਖੁੱਸਾ ਨਹੀਂ ਗੁਰਨਾਨਕ ਤੂੰ ਹੱਥੋਂ ਰੁਸ ਗਿਆ ਅਸੀਂ ਉਹ ਪੈਗਾਮ ਬਾਬੇ ਦਾ ਉਹ ਪੈਗਾਮ ਉਹ ਸੱਚਾ ਸੌਦਾ ਕਰਨ ਵਾਲੇ ਉਹਨਾਂ ਦਾ ਪੈਗਾਮ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਇਸ ਪੈਗਾਮ ਨੂੰ ਦੁਬਦਾ ਮਤ ਪੜੋ ਹਰ ਬਿਨ ਅਵਰ ਨਾ ਪੂਜੋ ਮੜੇ ਮਸਾਨ ਨਾ ਜਾਈ ਬਾਬੇ ਦਾ ਉਹ ਪੈਗਾਮ ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਨੇਉ ਨਾ ਵੋ ਤੋ ਵੋ ਤਿਲਕ ਲਗਾਵੋ ਸੁਚ ਮਿਣ ਸੋਚ ਨਾ ਹੋਈ ਬਾਬੇ ਦਾ ਉਹ ਪੈਗਾਮ ਨਨ ਕਾਣਾ ਤੋ ਅਤੋ ਕੋ ਕਸਾ ਨਹੀਂ ਗੁਰੂ ਨਾਨਕ ਤੋ ਅਥੋਂ ਰੁੱਸ ਗਿਆ ਅਗਲੀ ਤਸਵੀਰ ਜਿਹੜੀ ਆਪ ਦੇਖ ਰਹੇ ਹੋ ਇਹ ਉਹ ਵਹਿਦੀਅਤ ਦਾ ਨਗਮਾ ਜਿਹੜਾ ਗੁਰੂ ਸਾਹਿਬ ਨੇ ਫੈਲਾਇਆ ਇਹ ਦੁਨੀਆ ਦੇ ਇਤਿਹਾਸ ਵਿੱਚ ਕਦੀ ਨਹੀਂ ਹੋਇਆ ਕਦੀ ਨਹੀਂ ਕਿਸੇ ਨੇ ਵੇਖਿਆ ਕਿ ਇਸ ਤਰ੍ਹਾਂ ਹੋਏ ਕਿ ਨਾਲ ਉਹਨਾਂ ਦੇ ਮਰਦਾਨਾ ਹੈ ਔਰ ਮਰਦਾਨੇ ਦੀਆਂ ਨਜ਼ਰਾਂ ਚੋਂ ਸਾਹਿਬਾਂ ਬਾਰੇ ਭਾਈ ਮਰਦਾਨਾ ਜੀ ਨੇ ਇੱਕ ਵਾਰ ਕਿਹਾ ਸੀ ਬਾਬਾ ਤੇਰਾ ਮੇਰਾ ਬਹੁਤਾ ਫਰਕ ਨਹੀਂ ਤੋਂ ਖੁਦਾ ਦਾ ਡੂਮ ਮੈਂ ਤੇਰਾ ਡੂਮ ਕਿਤਨੀ ਨੇੜਤਾ ਹੈ ਕਿਤਨਾ ਪਿਆਰ ਹੈ ਕਿਤਨੀ ਨਿਗਤਾ ਹੈ ਉਸ ਨੇ ਬਾਬੇ ਨੂੰ ਪਛਾਣ ਲਿਆ ਔਰ ਇਹੀ ਗੱਲ ਗੁਰਨਾਨਕ ਸਾਹਿਬ ਨੇ ਜਦੋਂ ਅਖੀਰ ਵਿੱਚ ਕਹੀ ਭਾਈ ਮਰਦਾਨਾ ਜੀ ਨੂੰ ਮਰਦਾਨਿਆਂ ਜੇ ਤੂੰ ਕਵੇਂ ਤੇਰੀ ਇੱਕ ਬੜੀ ਸ਼ਾਨਦਾਰ ਇੱਕ ਯਾਦਗਾਰ ਬਣਾ ਦਈਏ ਤਾਂ ਉਸ ਵੇਲੇ ਜਿਹੜੇ ਲਫਜ਼ ਫਾਈ ਮਰਦਾਨਾ ਜੀ ਨੇ ਕਹੇ ਹਨ ਤਾਂ ਉਹ ਅੰਕਤ ਹਨ ਜਨਮ ਸਾਖੀ ਚ ਫਾਈ ਮਰਦਾਨਾ ਕਹਿਣ ਲੱਗੇ ਵਾ 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 ਬੜੀ ਮੁਸ਼ਕਲ ਤਾਂ ਸਰੀਰ ਦੀ ਸਮਾਦ ਵਿੱਚੋਂ ਨਿਕਲਣ ਲੱਗਾ ਹੁਣ ਤੂੰ ਪੱਥਰ ਦੀ ਸਮਾਦ ਵਿੱਚ ਪਾਣਾ ਚਾਹੁੰਦਾ ਉਸ ਬਾਬੇ ਦੇ ਉਹਨਾਂ 14 ਰਤਨਾਂ ਨੂੰ ਪਛਾਣੀਏ ਕਾਦੇ ਲਈ ਉਹਨਾਂ ਨੇ ਸਾਡੇ ਲਈ ਸਾਰਾ ਕੁਝ ਕੀਤਾ ਅਗਲੀ ਤਸਵੀਰ ਇਹ ਜੋ ਮੰਜ਼ਲਾ ਤੈਅ ਕਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਦੇ ਜਿਸ ਦੇ ਬਾਰੇ ਜ਼ਿਕਰ ਕੀਤਾ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ ਔਰ ਉਹ ਅਗਲੀ ਤਸਵੀਰ ਵਿੱਚ ਉਹ ਗੁਰਦੁਆਰਾ ਸਾਹਿਬ ਹੈ ਜਿੱਥੋਂ ਗੁਰਨਾਨਕ ਪਾਤਸ਼ਾਹ ਨੇ ਇਹ ਆਪਣਾ ਸਫ਼ਰ ਤੈਅ ਕੀਤਾ ਸੀ ਨਨਕਾਣਾ ਸਾਹਿਬ ਦੇ ਵਿੱਚ ਉਹ ਜਗ੍ਹਾ ਹੈ ਜਿੱਥੋਂ ਗੁਰੂ ਸਾਹਿਬ ਨੇ ਚੜ੍ਹਿਆ ਸੋਧਣ ਤਰਤ ਲੁਕਾਈ ਤਰਤ ਲੁਕਾਈ ਨੂੰ ਸੋਧਣ ਲਈ ਜਿੱਥੋਂ ਸਫ਼ਰ ਸ਼ੁਰੂ ਕੀਤਾ ਜਦੋਂ ਤੁਰਨ ਲੱਗੇ ਹਨ ਜਨਮ ਸਾਖੀ ਦਾ ਕਰਤਾ ਲਿਖਦਾ ਹੈ ਮਾਤਾ ਸੁਲਖਣੀ ਜੀ ਨੇ ਕਿਹਾ ਤੁਹਾਡੇ ਬਾਲਕ ਹਨ ਤੁਹਾਡੇ ਬੱਚੇ ਹਨ ਇਹਨਾਂ ਦਾ ਕੀ ਬਣੇਗਾ ਹਜ਼ੂਰ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਹਰ ਨਾਨਕ ਨਾਮ ਲੈਵਾਲੂ ਸ ਆਹਬਾ ਨੇ ਕਿਹਾ ਕਿ ਇਹ ਤਾਂ ਗੁਰੂ ਦੀ ਸੰਤਾਨ ਹੈ ਰੋਟੀ ਦਾ ਕਾਟਾ ਰਿਜ਼ਕ ਦਾ ਕਾਟਾ ਤਾਂ ਗੁਰੂ ਦੇ ਕੁੱਤਿਆਂ ਨੂੰ ਵੀ ਨਹੀਂ ਹੋਏਗਾ ਇਹ ਤਾਂ ਗੁਰੂ ਦੀ ਸੰਤਾਨ ਹੈ ਸ ਆਹਬਾ ਦਾ ਬੈ ਘਮ ਕਿਤਨਾ ਸਪਸ਼ਟ ਹੈ ਨਾ ਰਜ਼ਕ ਦਸਤ ਆਂ ਕਸੇ ਹਜ਼ੂਰ ਨੂੰ ਕੋਈ ਖਾਸ ਬੋਲੀ ਨ ਲगाव ਨਹੀਂ ਸੀ ਭਾਵੇਂ ਕਦੀ ਅਰਬੀ ਵਰਤਦੇ ਹਨ ਕਦੀ ਫਾਰਸੀ ਵਰਤਦੇ ਹਨ ਕਦੇ ਸੰਸਕ੍ਰਿਤ ਵਰਤਦੇ ਹਨ ਕਦੇ ਬ੍ਰਜ ਵਰਤਦੇ ਹਨ ਕਦੀ ਸਾਧ ਪਾਕਾ ਵਰਤਦੇ ਹਨ ਹੁਣ ਗੁਰਨਾਣ ਪਾਤਸ਼ਾਹ ਕਹਿ ਰਹੇ ਹਨ ਨਾ ਰਜ਼ਕ ਦਸਤ ਆਂ ਕਸੇ ਹਮਾਰਾ ਏਕ ਵਸੇ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੈ ਰਿਜ਼ਕ ਦੇਣ ਵਾਲਾ ਤੂੰ ਹੈ ਪਰ ਸਾਡਾ ਮਨ ਨਹੀਂ ਮੰਦਾ ਪੜੀ ਜਾ ਰਹੇ ਹਾਂ ਰਾਜ਼ ਅਕਰਹਿੰਦ ਹੈ ਕਿ ਰੋਜ਼ੀ ਦਿੰਦ ਹੈ ਪਰ ਜੇ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਨਾ ਰਿਜ਼ਕ ਦਸਤ ਆਂ ਕਸੇ ਹਮਾਰਾ ਇੱਕ ਵਸੇ ਅਸਤ ਇੱਕ ਦਿਗਰ ਕੋਈ ਇੱਕ ਤੋਈ ਇੱਕ ਤੋਈ ਭਰੋਸਾ ਨਹੀਂ ਆਉਂਦਾ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਇਹ ਉਹ ਤਸਵੀਰ ਹੈ ਜਿਸ ਦੇ ਬਾਰੇ ਕਿਹਾ ਜਾ ਸਕਦਾ ਹੈ ਕਿ ਪੰਥਕ ਕਵੀ ਤੇਜਾ ਸਿੰਘ ਸਾਬਰ ਨੇ ਕਿਹਾ ਸੀ ਜਦੋਂ ਬਾਬਾ ਤਰਤ ਲੁਕਾਈ ਸੋਧਣ ਲਈ ਤੁਰਿਆ ਉਹਨਾਂ ਕੋ ਹਥਿਆਰ ਕਿਹੜਾ ਹੈ ਉਹਨਾਂ ਨੇ ਕਿਹਾ ਸੁੱਕੀ ਜੀ ਲੱਕੜੀ ਨੂੰ ਇੱਕ ਦੋ ਨੇ ਤਾਰਾਂ ਜਦੋਂ ਨਾਲ ਲਗਾਵੇ ਨਸ਼ਾ ਹੁੰਦਾ ਜਾਂਦਾ ਹੈ ਬੜੇ ਸੋਹਣੇ ਸੋਹਣੇ ਬੜੇ ਮਿੱਠੇ ਮਿੱਠੇ ਉਹ ਨਗਮੇ ਸੁਣਾਉਂਦਾ ਹੈ ਕਰ ਤਾਰ ਕਰ ਤਾਰ ਕਰ ਤਾਰ ਕਹਿੰਦਾ ਤੇ ਸੱਚਮੁੱਚ ਹੀ ਕਰਤਾ ਉਹ ਦਿਸਦਾ ਦਸਾਂਦਾ ਹੈ ਹਾਂ ਜੀ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਰਾੰਦਾ ਉਹ ਰਾਗੀ ਵੀ ਡਿੱਟਾ ਕਿਉਂ ਜੀ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਰਹੰਦਾ ਰਬਾਬੀ ਵੀ ਡਿੱਠਾ ਜਿਨ੍ਹਾਂ ਨੂੰ ਗੁਰਨਾਨਕ ਪਾਤਸ਼ਾਹ ਦਾ ਉਹ ਖੁਮਾਰ ਪ੍ਰਾਪਤ ਹੋ ਗਿਆ ਉਹ ਮਖਮੂਰ ਹੋ ਗਏ ਉਹ ਗੜੁਚ ਹੋ ਗਏ ਹਜ਼ੂਰ ਨੇ ਜਿਸ ਵੇਲੇ ਕਰਤਾਰਪੁਰ ਦੇ ਵਿੱਚ ਕਰਤਾਰਪੁਰ ਰਾਵੀ ਆਪਣੇ ਸੰਸਾਰ ਯਾਤਰਾ ਦੇ ਅਖੀਰਲੇ ਸਮੇਂ ਵਿੱਚ ਜਦੋਂ ਉੱਥੇ ਦੇ ਚੌਧਰੀ ਨੂੰ ਜਦੋਂ ਉਪਦੇਸ਼ ਦਿੱਤਾ ਸੀ ਤਾ ਉਸਨੇ ਜਦੋਂ ਕਿਹਾ ਸੀ ਬਾਬਾ ਤੁਸੀਂ ਪਛਾਣਿਆ ਨਹੀਂ ਤੁਸੀਂ ਮੇਰਾ ਦੁੱਧ ਪੀਂਦੇ ਸੀ। ਹਜ਼ੂਰ ਨੇ ਕਿਹਾ ਮੈਂ ਦੁੱਧ ਮੱਝ ਦਾ ਪੀਂਦਾ ਸੀ। ਕਹਿਣ ਲੱਗਾ ਬਾਬਾ ਜੀ ਤੁਸੀਂ ਸਮਝੇ ਨਹੀਂ। ਲੋਕ ਗੁਰੂ ਨੂੰ ਕਹਿ ਰਹੇ ਹਨ ਤੂੰ ਨਹੀਂ ਸਮਝਿਆ। ਉਹ ਕਹਿਣ ਲੱਗਾ ਬਾਬਾ ਜੀ ਤੁਸੀਂ ਸਮਝੇ ਨਹੀਂ। ਮਜਬੇਰੀ ਸੀ। ਹਜ਼ੂਰ ਪੁੱਛਦੇ ਨੇ ਤੇਰੀ ਮਜ ਕਿੱਥੋਂ ਆਈ? ਕਹਿਣ ਲੱਗਾ ਮੇਰੀ ਇਹ ਸਾਰਾ ਪਿੰਡ 베ਰਾ ਹੈ, ਫਸਲ ਮੇਰੀ ਹੈ, ਜਨਸ 베ਰੀ ਹੈ, ਪੈਸੇ ਮੇਰੇ ਹੈ ਉਸ ਤੋਂ ਆਏ। ਤਾਂ ਹਜ਼ੂਰ ਨੇ ਕਿਹਾ ਮੈਨੂੰ ਇਹ ਜ਼ਮੀਨ ਕਿਸ ਨੇ ਦਿੱਤੀ ਕਹਿਣ ਲੱਗਾ ਕਰਤਾਰ ਨੇ ਹਜ਼ੂਰ ਕਹਿਣ ਲੱਗੇ ਫਿਰ ਜ਼ਮੀਨ ਕਰਤਾਰ ਦੀ ਫਸਲ ਕਰਤਾਰ ਦੀ ਜਿੰਸ ਕਰਤਾਰ ਦੀ ਪੈਸੇ ਕਰਤਾਰ ਦੇ ਮੱਝ ਕਰਤਾਰ ਦੀ ਦੁੱਧ ਕਰਤਾਰ ਦਾ ਤੂੰ ਕਿੱਥੋਂ ਆ ਗਿਆ ਕਹਿਣ ਲੱਗਾ ਬਾਬਾ ਮੈਨੂੰ ਹੁਣ ਸਿਰਫ ਕਰਤਾਰ ਨਜ਼ਰ ਆ ਰਿਹਾ ਹੈ ਹਜ਼ੂਰ ਨੇ ਕਿਹਾ ਉੱਠ ਕੇ ਜੱਫੀ ਪਾ ਲੈ ਕੁੱਟ ਕੇ ਫੜ ਲੈ ਜਾਣ ਨਾ ਦੇਈ ਕਰਤਾਰ ਨੂੰ ਕਹਿਣ ਲੱਗਾ ਮੈਂ ਇਸ ਇਸ ਨਗਰ ਦਾ ਨਾਮ ਨਾਨਕਪੁਰ ਰੱਖਾਂਗਾ ਹਜ਼ੂਰ ਮੁਸਕਰਾਪੇ ਨਾਨਕ ਪੀਤਾ ਕਰਤਾਰਪੁਰ ਵਿੱਚ ਹੈ ਕਰਤਾਰ ਵਿੱਚ ਹੈ ਉਸ ਦਾ ਨਾਮ ਕਰਤਾਰਪੁਰ ਰੱਖਿਆ ਅਸੀਂ ਵੀ ਕੋਸ਼ਿਸ਼ ਕਰੀਏ ਪਰ ਜਿਸ ਤਰ੍ਹਾਂ ਪਾਈ ਵੀਰ ਸਿੰਘ ਜੀ ਨੇ ਕਿਹਾ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਅਸੀਂ ਤਾਂ ਗੱਲ ਬੱਕੜੀ ਪਾਈ ਨਿਰਾਂ ਨੂਰ ਸੀ ਕਿਛ ਹੱਥ ਨਾ ਆਇਆ ਸਾਡੀ ਕੰਬਦੀ ਰਹੀ ਕਲਾਈ ਜੇ ਇਹਨਾਂ ਨੇ ਪਛਾਣ ਲਿਆ ਉਸ ਜੋਤ ਨੂੰ ਪਛਾਣ ਲਿਆ ਉਹਨਾਂ ਨੇ ਉਸ ਨੂੰ ਜੱਫੀ ਪਾਈ 200 ਸਾਲ ਪਹਿਲੇ ਜਦੋਂ ਪੰਜਾਬ ਦੇ ਵਿੱਚ ਸਿੱਖ ਆਪਣੀ ਹੋਂਦ ਦੀ ਲੜਾਈ ਲੜ ਰਹੇ ਸਨ ਤਾਂ ਉਸ ਵੇਲੇ ਲਖਨਊ ਦੇ ਇਲਾਕੇ ਦਾ ਰਹਿਣ ਵਾਲਾ ਨਜ਼ੀਰ ਅਕਬਰ ਆਬਾਦੀ ਕਿੰਨੀ ਕਮਾਲ ਦੀ ਗੱਲ ਕਰ ਰਿਹਾ ਹੈ ਕਿਹੜਾ ਕਮਾਲ ਦੀ ਬਾਤ ਕਰ ਰਿਹਾ ਹੈ ਨਜ਼ੀਰ ਅਕਬਰ ਆਬਾਦੀ ਨੇ 200 ਸਾਲ ਪਹਿਲੇ ਇਹ ਲਿਖਿਆ ਹੈ ਕਹਤੇ ਨਾਨਕ ਸ਼ਾਹ ਜੀ ਨੇ ਉਹ ਪੂਰੇ ਹੈ ਆਗਾਹ ਗੁਰੂ ਮਕਸੂਦ ਮੁਰਾਦ ਉਮੀਦ ਸਭੀ ਵਰ ਲਾਤੇ ਹਨ ਦਿਲਖਾਹ ਗੁਰੂ ਨਿਤ ਲੁਤਫੋ ਕਰਮ ਸੇ ਕਰਤੇ ਹਨ ਹਮ ਲੋਗੋ ਕਾ ਨਿਰਬਾਹ ਗੁਰੂ ਇਸ ਬਖਸ਼ਿਸ਼ ਕੇ ਇਸ ਅਜ਼ਮਤ ਕੇ ਹੈ ਬਾਬਾ ਨਾਨਕ ਸ਼ਾਹ ਗੁਰੂ ਸਬ ਸੀਸ ਨਿਵਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹ ਇਹ ਪਿਆਰ ਜਿਹੜਾ ਉਹਨਾਂ ਨੇ ਪਛਾਣ ਲਿਆ ਪਰ ਚਿਰਾਗ ਤਲੇ ਅੰਧੇਰਾ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਨਹੀਂ ਪਛਾਣ ਸਕਦੇ ਉਹਨਾਂ ਦੀਆਂ ਬਖਸ਼ਿਸ਼ਾਂ ਨੂੰ ਉਹਨਾਂ ਦੇ ਰਹਿਮਤਾਂ ਨੂੰ ਉਹਨਾਂ ਦੇ ਸਰੀਰ ਦੇ ਵਿੱਚ ਸਮਾਈ ਹੋਈ ਉਹ ਜਿਹੜੀ ਅਕਾਲ ਪੁਰਖ ਦੀ ਜੋਤ ਸੀ ਜਿਹੜੀ ਦਸਾਂ ਪਾਤਸ਼ਾਹਿਆਂ ਦੇ ਵਿੱਚੋਂ ਹੁੰਦੀ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਤਰ੍ਹਾਂ ਸਥਾਪਿਤ ਹੋ ਗਈ ਅਸੀਂ ਤਾਂ ਇਹ ਸਾਖੀ ਗਲਤ ਹੈ ਇਹ ਸਾਖੀ ਗਲਤ ਹੈ ਇਹ ਨਹੀਂ ਹੋ ਸਕਦਾ ਇਹਦੇ ਤੇ ਵਿਵਾਦ ਹੈ ਕੀ ਗੁਰੂ ਕਰ ਸਕਦਾ ਹੈ ਕੀ ਗੁਰੂ ਲਿਖ ਸਕਦਾ ਹੈ ਲਾਈ ਜਾਈਏ ਬੰਦ ਗੋਬੀ ਦੇ ਪੱਤੇ ਹਾਲੀ ਹੱਥ ਰਹਿ ਜਾਏਗਾ ਹੱਥ ਬਲਦੇ ਰਹਿ ਜਾਣਗੇ ਉਹ ਨਿਰੰਕਾਰ ਦੀ ਜੋਤ ਸੀ ਬਾਬਾ ਨਿਰੰਕਾਰ ਨਹੀਂ ਸੀ ਅਨਿਰੰਕਾਰ ਦੀ ਜੋਤ ਸੀ ਕੋਈ ਫਰਕ ਨਹੀਂ ਸੀ ਸੋ ਇਹ ਜਿਹੜਾ ਉਹਨਾਂ ਦਾ ਪੈਗਾਮ ਸੀ ਜਿਹੜੀ ਅਗਲੀ ਤਸਵੀਰ ਆਪ ਦੇਖ ਰਹੇ ਹੋ ਸਹਬਾਨੇ ਜਿਹੜੀ ਇਸ ਤਸਵੀਰ ਦੇ ਰਾਹੀਂ ਜੋ ਦੱਸਣ ਦੀ ਕੋਸ਼ਿਸ਼ ਕੀਤੀ ਵਿਦਿਆ हासिल ਕੀਤੀ ਜਿਹੜਾ ਗੁਰੂ ਸਾਹਿਬ ਵਿਦਿਆ ਹਾਸਲ ਕਰਨ ਗਈ ਕੇ ਸਕੂਲ ਦੇ ਵਿੱਚ ਕੇ ਵਿਦਿਆਲੇ ਚ ਕੇ ਤਾਂ ਬਾਬੇ ਨੇ ਜਿਹੜੀ ਵਿਦਿਆ ਸੀ ਜਿਸ ਤਰੀਕੇ ਦੇ ਨਾਲ ਉਸ ਉਸਤਾਦ ਨੂੰ ਉਹਨਾਂ ਨੂੰ ਸਮਝਾਈ ਉਹ ਵੀ ਆਸ਼ਸ਼ਕਾਰ ਉੱਠੇ ਔਰ ਇਹੀ ਗੱਲ ਫਿਰ ਗੁਰ ਅਰਜਨ ਦੇਵ ਜੀ ਨੇ ਵੀ ਜਦੋਂ ਬਾਬਾ ਬੁੱਢਾ ਜੀ ਨੂੰ ਕਿਹਾ ਜਦੋਂ ਹਜ਼ੂਰ ਨੇ ਕਿਹਾ ਬਾਬਾ ਬੁੱਢਾ ਜੀ ਨੂੰ ਕਿ ਤੁਸੀਂ ਬਾਲਕ ਹਰ ਗੋਬਿੰਦ ਦੀ ਪੜਾਈ ਕਰਾਓ ਤਾਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਆਪ ਨਹੀਂ ਪੜਿਆ ਤਾਂ ਉਸ ਵੇਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਬਾਬਾ ਜੀ ਤੁਸੀਂ ਇਹਨਾਂ ਨੂੰ ਉਹ ਪੜਾਈ ਕਰਾਓ ਜਿਹੜੀ ਤੁਹਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਾਈ ਹੈ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਫਿਰ ਬਾਬੇ ਦੀ ਗਾਥਾ ਬਿਅੰਤ ਹੈ ਬਾਬੇ ਦੀ ਕਹਾਣੀਆਂ ਬਿਅੰਤ ਹੈ ਬਾਬਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰੇ ਉਸ ਸਮੁੰਦਰ ਵਿੱਚੋਂ ਅਸੀਂ ਕੁਝ चुली लै लीए असी कुछ अंश लै लीएर जोड़ा वह प्यार बन रहा है असी उस कुछ महसूस कर सकी एक छोटे जे ब्रेक के बाद फिर आप पास हाजिर होंगे साहब श्री गुरु नानक देव जी महाराज की गल करद हो कह जाए तो की ना कहा जाए लगता है प्रकाश शिमलवी ने जेडे दो लफज़ साहेब श्री गुरु नानक देव जी महाराज के बारे कह द ਕਮਾਲ ਦੇ ਅਲਫਾਜ਼ ਹਨ ਕਿੰਨਾ ਪਿਆਰ ਹੈ ਉਹ ਕਹਿੰਦੇ ਹਨ ਤੈਨੂੰ ਕੀ ਦੱਸਾਂ ਤੇਰੇ ਬਾਦਸ਼ਾਹ ਹਾਂ ਖੁਸ਼ ਨਸੀਬ ਹਾਂ ਕਿ ਮੇਰਾ ਸਾਈਂ ਐ ਤੂੰ ਮੇਰੇ ਕੋਲ ਰਹਿਣਾ ਮੇਰੇ ਵਿੱਚ ਵਸਣਾ ਮੇਰੇ ਪਿੰਡ ਦਾ ਮੇਰਾ ਗਰਾਈਂ ਐ ਤੂੰ ਹਜ਼ੂਰ ਨੂੰ ਜਿਨ੍ਹਾਂ ਨੇ ਪਛਾਣ ਲਿਆ ਜੇ ਮੱਝੀਆਂ ਚਾਰਨ ਦਾ ਕੌਤਕ ਆਇਆ ਜਿਵੇਂ ਅਗਲੀ ਤਸਵੀਰ ਵਿੱਚ ਵੇਖ ਰਹੇ ਹੋ ਤਾਂ ਉਸ ਦੇ ਵਿੱਚ ਜੋ ਕੁਝ ਉਹਨਾਂ ਨੇ ਜਿਸ ਢੰਗ ਨਾਲ ਉਹ ਕੌਤਕ ਕੀਤਾ ਔਰ ਇਸ ਤੋਂ ਅਗਲੀ ਤਸਵੀਰ ਵਿੱਚ ਵੀ ਜਦੋਂ ਇਹ ਜਿਹੜਾ ਚੋਜ ਵਰਤਿਆ ਔਰ ਇਸ ਤੋਂ ਬਾਅਦ ਅਗਲੀ ਤਸਵੀਰ ਵਿੱਚ ਹੁਣ ਰਾਏ ਬੁਲਾਰ ਆਇਆ ਰਾਏ ਬੁਲਾਰ ਕੋੜੇ ਚੜ੍ਹਿਆ ਹੈ ਹੁਣ ਇੱਕ ਛੋਟੀ ਜੀ ਵਿਚਾਰਨ ਵਾਲੀ ਗੱਲ ਹੈ ਰਾਏ ਬੁਲਾਰ ਰਾਏ ਹੈ ਸ਼ਾਹ ਹੈ ਬਾਦਸ਼ਾਹ ਹੈ ਹਾਕਮ ਹੈ ਔਰ ਬਾਲਕ ਗੁਰੂ ਨਾਨਕ ਸਾਹਿਬ ਨੂੰ ਅਗਰ ਕੋਈ ਖੁਸ਼ ਹੋ ਜਾਏਗਾ ਕੀ ਕਰੇਗਾ ਕੁਝ ਇਨਾਮ ਦੇ ਦੇਗਾ ਕੁਝ ਖਡਾਉਣੇ ਦੇ ਦੇਗਾ ਅਸੀਸ ਦੇ ਦੇਗਾ ਪਰ ਕਮਾਲ ਹੈ ਉਹ رائے ਬੁਲਾਰ ਗੁਰਨਾਨਕ ਪਾਤਸ਼ਾਹ ਦੇ ਕਦਮਾਂ ਦੇ ਉੱਤੇ ਟੈ ਪੈਂਦਾ ਇਸ ਦਾ ਮਤਲਬ ਹੈ ਉਸ ਨੂੰ ਰੂਹਾਨੀਅਤ ਨਜ਼ਰ ਆ ਰਹੀ ਹੈ ਉਸ ਨੂੰ ਮਿਸਟਿਸਿਜ਼ਮ ਦਾ ਉਹ ਨੂਰ ਨਜ਼ਰ ਆ ਰਿਹਾ ਹੈ ਉਸ ਨੂੰ ਉਹ ਨੂਰ ਨਜ਼ਰ ਆ ਗਿਆ ਜਿਹੜਾ ਪੀਰ ਪੀਖਣ ਸ਼ਾਹ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦੇ ਉੱਤੇ ਪਟਨਾ ਸਾਹਿਬ ਉੱਲ ਸਜਦੇ ਲਈ ਮਨਜ਼ੂਰ ਕਰਦਾ ਕੋਸ਼ ਰਹਿਮਤ ਕਰੇ ਗੁਰੂ ਬਖਸ਼ਿਸ਼ ਕਰੇ ਸਾਨੂੰ ਵੀ ਉਸ ਨੂਰ ਦੇ ਕਿਦਰੇ دیدار ਹੋ ਸਕਲ ਅਗਲੀ ਤਸਵੀਰ ਇਹ ਉਹ ਹੈ ਜਿੱਥੇ ਗੁਰੂ ਸਾਹਿਬ ਨੇ ਸੱਚਾ ਸੌਦਾ ਕੀਤਾ ਅੱਜ ਝੂਠੇ ਸੌਦੇ ਵੀ ਉਹਦੀ ਨਕਲ ਕਰਕੇ ਉਸ ਦਾ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਸ ਤੋਂ ਅਗਲੀ ਤਸਵੀਰ ਵੈਦ ਬੁਲਾਇਆ ਵੈਦਗੀ ਪਕਰ ਟੰਡੋਲੇ ਬਾਹ ਪੋਲਾ ਵੈਦ ਨਾ ਜਾਣੀ ਕਰ ਕਲੇਜੇ ਮਾਂ ਇਹ ਨਹੀਂ ਸਮਝ ਸਕਦੇ ਹਜ਼ੂਰ ਨੇ ਜੋ ਕੁਝ ਕੀਤੇ ਉਹ ਚੋਜ ਸਨ ਉਹ ਕੌਤਕ ਸਨ ਉਸ ਨੂੰ ਮਨੁੱਖੀ ਨਜ਼ਰ ਨਾਲ ਵੇਖਣ ਦੀ ਕੋਸ਼ਿਸ਼ ਉਸ ਨੂੰ ਆਪਣੇ ਤਰਾਤਲ ਤੇ ਸੋਚਣ ਦੀ ਕੋਸ਼ਿਸ਼ ਸਦ ਅਫਸੋਸ ਹੋਇਆ ਕਿਦਰੇ ਕੁਝ ਆਪਣੇ ਆਪ ਨੂੰ ਮਿਸ਼ਨਰੀ ਕਹਿੰਦੇ ਇਕੱਠੇ ਹੋਏ ਔਰ ਉਹਨਾਂ ਚ ਇੱਕ ਕਹਿਣ ਲੱਗਾ ਗੁਰਨਾਨਕ ਵਾਸ ਲिटल ਮੋਰ ਇੰਟੈਲੀਜੈਂਟ ਦਨ ਅਸ ਇਹ ਇਸ ਤੋਂ ਬਾਅਦ ਕੁਝ ਕਿਹਾ ਵੀ ਨਹੀਂ ਜਾ ਸਕਦਾ ਅਗਲੀ ਤਸਵੀਰ ਆਪ ਵੇਖ ਰਹੇ ਹੋ ਇਹ ਉਹ ਪਾਈ ਲਾਲੋ ਦੇ ਘਰ ਦਾ ਉਹ ਵਿਹੜਾ ਹੈ ਜਿਸ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਾ ਕੇ ਬੂਹਾ ਖੜਕਾਇਆ ਤਾਂ ਜਿਸ ਵੇਲੇ ਪਾਈ ਲਾਲੋ ਨੇ ਕਿਹਾ ਸੀ ਕੌਣ ਤਾਂ ਹਜ਼ੂਰ ਨੇ ਕਿਹਾ ਇੱਕ ਮੁਸਾਫਰ ਹੈ ਤਾਂ ਪਾਈ ਲਾਲੋ ਕਹਿਣ ਲੱਗਾ ਸਿੱਧੀ ਕੰਮ ਦੀ ਗੱਲ ਕਰ ਇੱਥੇ ਸਾਰੇ ਮੁਸਾਫਰ ਹੈ ਹਜ਼ੂਰ ਨੇ ਕਿਹਾ ਤੈਨੂੰ ਇਹ ਪਤਾ ਲੱਗ ਗਿਆ ਤੇਰੇ ਨਾਲ ਮੇਰੀ ਬਣਾਈ ਜਿਸ ਨੂੰ ਇਹ ਪਤਾ ਲੱਗ ਜਾਏ ਮੁਸਾਫਰ ਹਾਂ ਉਸ ਦੇ ਨਾਲ ਗੁਰੂ ਦੀ ਬਾਣੀ ਵੱਢ ਸਕਦੀ ਹੈ ਪਰ ਇਸ ਦੇ ਵਿੱਚ ਕਮਾਲ ਸੀ ਕਿ ਮਲਕ ਭਾਗੋ ਦਾ ਉਹ ਸੱਦਾ ਛੱਡ ਕੇ ਪਾਈ ਲਾਲੋ ਦੇ ਘਰ ਜਾਣਾ ਇੱਕ ਉਹ ਕਮਾਲ ਸੀ ਜਿਹੜਾ ਇਸ ਤੋਂ ਪਹਿਲੇ ਵੀ ਜ਼ਿਕਰ ਜਿਸ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕੀਤਾ ਕਿ ਸ਼੍ਰੀ ਕ੍ਰਿਸ਼ਨ ਦਾ ਬੇਦਰ ਦੇ ਘਰ ਚਲੇ ਜਾਣਾ ਦੁਰਯੋਧਨ ਨੂੰ ਛੱਡ ਕੇ ਔਰ ਜਿਸ ਦੇ ਬਾਰੇ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕਰਨਾ ਰਾਜਨ ਕੌਣ ਤੁਮਾਰੇ ਆਵੇ ਐਸੋ ਪਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਪਾਵੇ ਨਾ ਕੇਵਲ ਇੱਥੇ ਤੱਕ ਇਸ ਅਸੂਲ ਦੀ ਪਰਪਕਤਾ ਲਈ ਹਜ਼ੂਰ ਨੇ ਨਾਲ ਇੱਕ ਸ਼ਲੋਕ ਵੀ ਅੰਕਿਤ ਕੀਤਾ ਉਹ ਸ਼ਲੋਕ ਕੀ ਸੀ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪਰਜਾ ਪਰਜਾ ਕਟ ਮਰੇ ਕਬ ਹੁਨਾ ਛਾਡੇ ਕੇ ਇਸ ਲਈ ਜਦੋਂ ਗੁਰਨਾਨਕ ਪਾਤਸ਼ਾਹ ਨੇ ਮਲਕ ਭਾਗੋ ਦਾ ਸੱਦਾ ਠੁਕਰਾ ਦਿੱਤਾ ਤਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਅਹਿਸਾਸ ਸੀ ਇਸ ਕਰਕੇ ਹਜ਼ੂਰ ਨੇ ਬਾਣੀ ਉਚਾਰਨ ਕੀਤੀ ਜੋ ਤੋ ਪ੍ਰੇਮ ਖੇਲਣ ਦਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਇਸ ਸੂਰਮੇ ਦਾ ਕੰਮ ਹੈ ਇਹ ਕੋ ਮਾਮੂਲੀ ਜੀ ਘਟਨਾ ਨਹੀਂ ਹੈ ਕਿ ਕਿਸੇ ਦਾ ਸੱਦਾ ਪੱਤਰ ਨਾ ਪਰਮਾਨ ਕੀਤਾ ਜਾਏ ਤਾਂ ਅਗਲੀ ਤਸਵੀਰ ਵਿੱਚ ਉਹ ਜਿਹੜਾ ਪੈਗਾਮ ਸੀ ਉਸ ਦੇ ਵਿੱਚੋਂ ਹਜ਼ੂਰ ਨੇ ਕੋਧਰੇ ਦੀ ਰੋਟੀ ਦੇ ਵਿੱਚੋਂ ਜਿਹੜਾ ਦੁੱਧ ਕੱਢਿਆ ਔਰ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਦੂਸਰੇ ਪਾਸਿਓ ਲਹੂ ਕੱਢ ਕੇ ਔਰ ਇਹ ਉਹ ਐਮਨਾਬਾਦ ਹੈ ਜਿੱਥੇ ਗੁਰੂ ਸਾਹਿਬ ਨੇ ਚੱਕੀਆਂ ਵੀ ਪੀਸਣੀਆਂ ਪਈਆਂ ਸ਼ਾਇਦ ਇਸੇ ਦੇ ਬਾਅਦ ਵੀ ਉਹ ਮਾਤਾਵਾਂ ਚਾਲੀ-ਚਾਲੀ ਮੰਨ ਦੇ ਪੀਸਨੇ ਪੀ ਸਕੀਆਂ ਕਿਉਂਕਿ ਬਾਬੇ ਨੇ ਪੂਰਨੇ ਪਾਇ ਸਨ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਹਜ਼ੂਰ ਨੇ ਬਹੁਤ ਸਪਸ਼ਟ ਕਿਹਾ ਪ੍ਰੇਮੇ ਕੋੜੀ ਦੇ ਕੋਲ ਜਾ ਕੇ ਤਾਂ ਉਸ ਨੂੰ ਇਹ ਨਹੀਂ ਕਿਹਾ ਕਿ ਤੇਰੇ ਗੁਨਾਹ ਮੈਂ ਆਪਣੇ ਤੇ ਲੈ ਲਾਂਗਾ ਯਾ ਤਨੂ ਮੈਂ ਕੋ ਹੋਰ ਕੁਛ ਕਰ ਦਿਆਂਗਾ ਯਾ ਉਸਤੇ ਪਾਣੀ ਦਾ ਛੱਟਾ ਮਾਰਿਆ ਹਜ਼ੂਰ ਉਪਦੇਸ਼ ਦੇ ਰਹੇ ਹਨ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਾਏ ਜਿਸ ਸਰੀਰ ਨੂੰ ਬਾਣੀ ਭੁੱਲ ਜਾਏਗੀ ਮਨ ਨੂੰ ਨਹੀਂ ਕਿਹਾ ਉਹ ਬਹਾਨਾ ਹੈ ਕਿ ਮਨ ਦੇ ਵਿੱਚ ਸਿੱਖੀ ਚਾਹੀਦੀ ਹੈ ਮਨ ਵਿੱਚ ਬੈਣੀ ਚਾਹੀਦੀ ਹੈ ਨਹੀਂ ਹਜ਼ੂਰ ਕਹਿ ਰਹੇ ਹਨ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਾਏ ਜਿਸ ਸਰੀਰ ਨੂੰ ਬਾਣੀ ਭੁੱਲ ਜਾਏਗੀ ਉਹ ਸਰੀਰ ਵੀ ਪੱਕੇ ਰੋਗੀ ਦੀ ਤਰ੍ਹਾਂ ਬਿਰਲਾਏਗਾ ਇਹ ਬਾਣੀ ਔਰ ਬਾਣੀ ਦੇ ਸਿਧਾਂਤ ਦੀ ਗੱਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰ ਰਹੇ ਹਨ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਇਸ ਦੇ ਵਿੱਚ ਹਜ਼ੂਰ ਨੇ ਜਿਹੜਾ ਕੌਤਕ ਕੀਤਾ ਜਿਸ ਢੰਗ ਦੇ ਨਾਲ ਇੱਕ ਅਕਾਲ ਪੁਰਖ ਦਾ ਕਰਤਾ ਪੁਰਖ ਦੀ ਸਾਰੀ ਖੇਤੀ ਦੱਸਿਆ ਅਗਲੀ ਤਸਵੀਰ ਦੇ ਵਿੱਚ ਗੁਰੂ ਸਾਹਿਬ ਨੇ ਇਸ ਜਗਤ ਦੇ ਵਿੱਚ ਉਹ ਘੁੰਮ ਰਹੇ ਰਾਖਸ਼ਾਂ ਦਾ ਜ਼ਿਕਰ ਕੀਤਾ ਜਿਸ ਤਰ੍ਹਾਂ ਕੌਡੇ ਰਾਖਸ਼ ਨੂੰ ਉਸ ਦੇ ਚੋਂ ਬਚਾਇਆ ਅਗਲੇ ਕੋਡੇ ਰਾਕਿਸ਼ ਦੇ ਕੋਲੋਂ ਪਾਈ ਮਰਦਾਨੇ ਨੂੰ ਬਚਾਇਆ ਅਗਲੀ ਤਸਵੀਰ ਇਹ ਸੰਸਾਰ ਦੇ ਵਿੱਚ ਅੱਜ ਵੀ ਵਿਚਰ ਰਿਹਾ ਹੈ ਕਿ ਇਨਸਾਨ ਜਦੋਂ ਆਪਣੇ اخلاق ਤੋਂ ਗਿਰੇਗਾ ਤਾਂ ਜਿਸ ਤਰ੍ਹਾਂ ਪਾਈ ਮਰਦਾਨੇ ਦੀ ਸਾਖੀ ਵਿੱਚ ਹੈ ਉਹ ਢੂ ਦੀ ਤਰ੍ਹਾਂ ਵਿਚਰੇਗਾ ਅਗਲੀ ਤਸਵੀਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਤਰੀਕੇ ਦੇ ਨਾਲ ਮੱਕੇ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੱਕੇ ਵਿੱਚ ਰੱਬ ਨਹੀਂ ਹੈ ਉਹ ਕਹਿੰਦੇ ਸਨ ਮੱਕੇ ਦੇ ਵਿੱਚ ਹੀ ਰੱਬ ਹੈ ਪਰ ਗੁਰਨਾਨਕ ਪਾਤਸ਼ਾਹ ਕਹਿ ਰਹੇ ਹਨ ਮੱਕੇ ਦੇ ਵਿੱਚ ਵੀ ਰੱਬ ਹੈ ਇਹ ਹੀ ਤੇ ਵੀ ਦਾ ਫਰਕ ਹੈ ਮੱਕੇ ਦੇ ਵਿੱਚ ਵੀ ਰੱਬ ਹੈ ਜਿਹੜੀ ਮੱਕੇ ਦੀ ਗੋਸ਼ਟ ਹੈ ਉਸ ਵਿੱਚ ਇੱਕ ਕਮਾਲ ਦੀ ਗੱਲ ਅੰਕਤ ਹੈ ਜਦੋਂ ਹਜ਼ੂਰ ਬਗਦਾਦ ਗਏ ਹਨ ਤਾਂ ਇੱਕ ਨੌਜਵਾਨ ਗੁਰਨਾਨਕ ਸਾਹਿਬ ਨਾਲ ਥੋੜਾ ਬਤਵੀਜ਼ੀ ਨਾਲ ਪੇਸ਼ ਆਇਆ ਤਾਂ ਮੱਕੇ ਦੀ ਗੋਸ਼ਟ ਵਿੱਚ ਲਿਖਿਆ ਹੈ ਉੱਥੇ ਇੱਕ ਬਜ਼ੁਰਗ ਹਾਜੀ ਸੀ ਇੱਕ ਬਜ਼ੁਰਗ ਸੀ उस नौजवान कहन लगा देखी खबरदार जरा तमीज गल नी ये हने हे मक्का घुमा के आया है तेरा तो पता भी नहीं लगना तू गया ये शरदा विश्वास और भरोसा है अगली तस्वीर जी आप देख रहे हो ये बहुत वाला संदेश है साढ़े एक बहुत वाला पैगाम है शेख शरफ हजूर देया और उसने आके बीबिया वाले कपड़े पाए ਬੜਾ ਹਾਰ ਸ਼ਿੰਗਾਰ ਕਰਕੇ ਲਾਲ ਰੰਗ ਦੀ ਸਾੜੀ ਪਾ ਕੇ ਆਇਆ ਤਾਂ ਹਜ਼ੂਰ ਨੇ ਕਿਹਾ ਸ਼ੇਖਾ ਇਹ ਕੀ ਸਾਂਗ ਵਰਤਾਇਆ ਹੈ ਕਹਿਣ ਲੱਗਾ ਮੈਂ ਇਸ ਕਰਕੇ ਸਾਂਗ ਪਾਇਆ ਹੈ ਸ਼ਾਇਦ ਇਹ ਸਾਂਗ ਵੇਖ ਕੇ ਪੇਖ ਵੇਖ ਕੇ ਸੋਹ ਭੇਜ ਜਾਏ ਮਾਲਕ ਖੁਸ਼ ਹੋ ਜਾਏ ਹਜ਼ੂਰ ਨੇ ਕਿਹਾ ਮਾਲਕ ਨੇ ਤੇਰਾ ਹਿਰਦਾ ਵੇਖਣਾ ਹੈ ਤੇਰਾ ਪੇਖ ਨਹੀਂ ਦੇਖਣਾ ਇਸੇ ਕਰਕੇ ਗੁਰੂ ਕਲਗੀ ਤਰਪਤਾ ਨੇ ਇਸ ਤੇ ਮੋਹਰ ਲਾਈ ਅਪੇਖ ਬੀਜ ਬੀਜ ਹੋ ਅਲੇਖ ਬੀਜ ਬੀਜ ਹੋ ਅਨੰਤ ਨਾਮ ਗਾਏ ਹੋ ਪਰਮਪੁਰਖ ਪਾਏ ਹੋ ਖਾਲੀ ਪੇਖ ਨਾਲ ਨਹੀਂ ਹੋਣਾ ਰਹਿਤ ਪਿਆਰੀ ਮੁਝ ਕੋ ਸਿਖ ਪਿਆਰਾ ਨਹੀਂ ਪੇਖ ਦੀ ਗੱਲ ਨਹੀਂ ਕੀਤੀ ਹਿਰਦੇ ਦੀ ਗੱਲ ਕੀਤੀ ਹੈ ਜੇ ਬਾਣਾ ਹੈ ਤਾਂ ਅਨਰੂਪ ਬਾਣੀ ਹੋਣੀ ਚਾਹੀਦੀ ਹੈ ਜੇ ਬਾਣੀ ਹੈ ਔਰ ਬਾਣਾ ਹੋਣਾ ਚਾਹੀਦਾ ਅਗਲੀ ਤਸਵੀਰ ਜਿਹੜੀ ਆ ਵੇਖ ਰਹੇ ਹੋ ਇਹ ਹਜ਼ੂਰ ਨੇ ਜਦੋਂ ਪਠਾਣਾ ਦੇ ਵਿੱਚ ਗਏ ਤਾਂ ਜਨਮ ਸਾਖੀ ਚੰਕਤ ਹੈ ਗੁਰੂ ਸਾਹਿਬ ਉਹਨਾਂ ਦੇ ਵਿੱਚ ਖੁੱਲਕੇ ਨੱਚੇ ਸਨ ਇੱਕ ਰਹੁ ਰੀਤ ਹੈ ਇੱਕ ਰੀਤੀ ਰਿਵਾਜ ਹੈ ਰਹੁ ਰੀਤ ਉਹ ਧਾਰਮਿਕ ਹੈ ਪਰ ਰੀਤੀ ਰਿਵਾਜ ਉਹ ਸਥਾਨਕ ਹਨ ਉਹ ਰੀਤੀ ਰਿਵਾਜ ਉਹ ਰੀਤਾਂ ਜਾਲੋ ਐਸੀ ਰੀਤ ਜਿਤ ਬਹਿ ਪਿਆਰਾ ਵਿਸਰੇ ਜਿਹੜੀ ਰੀਤ ਦੇ ਨਾਲ ਜਿਸ ਰੀਤੀ ਰਿਵਾਜ ਦੇ ਨਾਲ ਤੁਹਾਡੀ ਰਹੁ ਰੀਤ ਵਿੱਚ ਵਿਗਨ ਪੈਂਦਾ ਹੋਵੇ ਤੁਹਾਡੀ ਮਰਿਆਦਾ 'ਚ ਵਿਗਨ ਪੈਂਦਾ ਹੋਵੇ ਉਹ ਜਲਾ ਦੇਣੀ ਚਾਹੀਦੀ ਹੈ ਉਹ ਛੱਡਣੀ ਚਾਹੀਦੀ ਹੈ ਪਰ ਜੇਕਰ ਕੋਈ ਐਸੀਆਂ ਰੀਤਾਂ ਹਨ ਜਿਹੜੀਆਂ ਰਹੁ ਰੀਤ ਦੇ ਵਿੱਚ ਅਗਰ ਨਹੀਂ ਵਿਗਨ ਪਾਉਂਦੀਆਂ ਤਾਂ ਉਸ ਨੂੰ ਅਗਰ ਉਹਨਾਂ ਵਿੱਚ ਸ਼ਾਮਲ ਹੋਣ ਵਿੱਚ ਕੋਈ ਹਰਜ ਨਹੀਂ ਪਰ ਜੇਕਰ ਕੋਈ ਐਸੀ ਰੀਤ ਹੈ ਜਿਹਦੇ ਵਿੱਚ ਨਸ਼ੇ ਹਨ ਕੋਈ ਵੇਸ਼ਿਆ ਦਾ ਨਾਚ ਹੈ ਕੋਈ ਹੋਰ ਐਸੇ ਹਨ ਉਹਦੇ ਵਿੱਚੋਂ ਬਚਣ ਦੀ ਤਾਕੀਦ ਇਹ ਰਹੁ ਰੀਤ ਵਿੱਚ ਵੀ ਕੀਤੀ ਗਈ ਹੈ ਅਗਲੀ ਤਸਵੀਰ ਦੇ ਵਿੱਚ ਜਦੋਂ ਹਜ਼ੂਰ ਦੀ ਗੱਲਬਾਤ ਦਸਤਗੀਰ ਨਾਲ ਹੋਈ ਪੜੀ ਲੰਬੀ ਵਾਰਤਾ ਹੈ ਤੇ ਇਸ ਤੋਂ ਅਗਲੀ ਤਸਵੀਰ ਜਦੋਂ ਗੁਰੂ ਸਾਹਿਬ ਦੇ ਨਾਲ ਇਹ ਪਹਿਲਾ ਬੜਾ ਕਮਾਲ ਦਾ ਮੰਜ਼ਰ ਹੋਇਆ ਜਦੋਂ ਸਾਹਿਬਾਂ ਨੂੰ ਉਹਨਾਂ ਸਿੱਧਾਂ ਨੇ ਇੱਕ ਕਾਸਾ ਦਿੱਤਾ ਕਿ ਜਆ ਪਾਣੀ ਭਰ ਲਿਆ ਉਹਨਾਂ ਸਿੱਧਾਂ ਨੇ ਉਸ ਨੂੰ ਐਸੇ ਟੰਗ ਨਾਲ ਕੀਤਾ ਕਿ ਉਹਦੇ ਵਿੱਚ ਸਰੋਵਰ ਦੇ ਵਿੱਚ ਹੀਰੇ ਜਵਾਹਰਾਤ ਭਰ ਦਿੱਤੇ ਬਾਬਾ ਮੁਸਕਰਾ ਪਿਆ ਹਜ਼ੂਰ ਵਾਪਸ ਆਏ ਕਹਿਣ ਲੱਗੇ ਸਿੱਧਾਂ ਨੂੰ ਉਹ ਤਾਂ ਸਰੋਵਰ ਸੁੱਕਾ ਪਿਆ ਹੈ ਉਸ ਵਿੱਚ ਤਾਂ ਪਾਣੀ ਹੈ ਹੀ ਨਹੀਂ ਪਹਿਲਾ ਉਪਦੇਸ਼ ਪਹਿਲਾ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੋਤੀ ਤਾਂ ਮੰਦਰ ਉਸ ਰੇ ਰਤਨੀ ਤਾਂ ਹੋਏ ਜਿਹੜਾ ਉਹ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਤਾਂ ਮਤ ਦੇਖ ਪੂਲਾ ਵੀਸਰੇ ਤੇਰਾ ਚਤ ਨਾ ਆਵੇ ਇਹ ਜਿਹੜੇ ਮਹਾਨ ਉਪਦੇਸ਼ ਹਜ਼ੂਰ ਨੇ ਜਿਹੜੇ ਦਿੱਤੇ ਔਰ ਇਸ ਨੂੰ ਦਿੰਦਿਆਂ ਹੋਇਆਂ ਅਗਲੀ ਤਸਵੀਰ ਦੇ ਵਿੱਚ ਜਿਹੜੇ ਉਹਨਾਂ ਸਿੱਧਾਂ ਦੇ ਨਾਲ ਜਿਹੜੀ ਹਜ਼ੂਰ ਨੇ ਗੋਸ਼ਟੀ ਕੀਤੀ ਉਹਨਾਂ ਨੂੰ ਵਾਪਸ ਮਾਤ ਲੋਕਿ ਚ ਲਿਆਂਦਾ ਅਗਲੀ ਤਸਵੀਰ ਦੇ ਵਿੱਚ ਜਿਹੜੀ ਗੁਰੂ ਸਾਹਿਬ ਨੇ ਉਸ ਜੋਤ ਨੂੰ ਦਸਾਂ ਜੋਤਾਂ ਦੇ ਵਿੱਚ ਹੁੰਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਔਰ ਅਖੀਰਲੀ ਤਸਵੀਰ ਦੇ ਵਿੱਚ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਉਹ ਗੁਰੂ ਨਾਨਕ ਪਾਤਸ਼ਾਹ ਉਹ ਲੀਨ ਹੋ ਗਏ ਉਸ ਪਰਮਾਤਮਾ ਦੇ ਵਿੱਚ ਅਪੇਧ ਹੋ ਗਏ ਪਰ ਆਪਣੀ ਜੋਤ ਜਿਹੜੀ ਸੀ ਉਹ ਸ਼ਬਦ ਰੂਪ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਦੇਖ ਕੇ ਗਏ ਜਿਹੜੀ ਅੱਜ ਵੀ ਉਹ ਜੋਤ ਸਾਡੇ ਵਿੱਚ ਮੌਜੂਦ ਹੈ ਅੱਜ ਵੀ ਅਸੀਂ ਉਸ ਨੂੰ ਨਿਗ ਮਾਣ ਸਕਦੇ ਹਾਂ ਅੱਜ ਵੀ ਅਸੀਂ ਉਸ ਦੇ ਕੋਲੋਂ ਸਭ ਕੁਝ ਉਹ ਜਿਹੜੇ 14 ਰਤਨ ਹਨ ਉਹ ਗੁਰਨਾਨਕ ਪਾਤਸ਼ਾਹ ਸਾਨੂੰ ਭੇਟ ਕਰਕੇ ਗਏ ਹਨ ਇੱਕ ਛੋਟੀ ਜੀ ਕੋਸ਼ਿਸ਼ ਸੀ ਸਾਹਿਬਾਂ ਦੇ ਉਸ ਬਹਾਨ ਜੀਵਨ ਦੇ ਵਿੱਚੋਂ ਕੁਝ ਕਿਣਕਾ ਮਾਤਰ ਲੈ ਸਕੀਏ ਕੁਝ ਹਾਸਲ ਕਰ ਸਕੀਏ सो so, आप दा बहुत-बहुत धन्यवाद। बहुत असी कुछ आप दिया कॉल सलावांगे। हेलो। 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 हां जी। शशिकांत जी। शशिका कौन बोल रही जी? हां जी, मैं रणजीत कौर जॉर्ज बोल रही हूं जी हाँ जी हाँ जी, हां जी, रणजीत जी। खालसा। वाहेगुरु जी का खालसा, खाल वाहेगुरु जी की फतेह। ਆਰੇ ਪ੍ਰਵਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਫਿਰਦਿਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਹਾਂਜੀ ਤੁਹਾਨੂੰ ਵੀ ਤੇ ਸਾਰੀ ਸਮੂਹ ਸਾਧ ਸੰਗਤ ਨੂੰ ਜੀ 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 ਇਸ ਸੰਤੇ ਅਸੀਂ ਪ੍ਰਮਾਤਮਾ ਕੀ ਹਰਦਾਸ ਕੰਗਲੋਂ ਦਾ ਮੇਰ ਪਰਿਆ ਹੱਥ ਸਾਰੀ ਸਰਬੱਤ ਤੇ ਰਵੇ ਜੀ 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 ਇੱਥੇ ਪਰ ਜੀਵਨ ਬਤੀਤ ਕਰਨ ਸਾਰੀ ਪਤਨੀਆਂ ਠੀਕ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਮੈਂ ਗੁੱਜ ਕੀ ਫਾਟ ਹੈਲੋ 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 ਹਾਂਜੀ ਹਾਂਜੀ ਦੱਸੋ ਕੌਣ ਬੋਲ ਰਹੀ ਜੀ ਹਾਂਜੀ ਹਾਂਜੀ ਬੋਲੋ ਤੁਸੀਂ ਟੀਵੀ ਦੀ ਆਵਾਜ਼ ਬੰਦ ਕਰੋ ਤੇ ਦੱਸੋ ਆਵਾਜ਼ ਨਹੀਂ ਆ ਰਹੀ ਤੁਸੀਂ ਟੀਵੀ ਬੰਦ ਕਰੋਗੇ ਤੁਹਾਡੀ ਆਵਾਜ਼ ਆਏਗੀ ਨਹੀਂ ਤੇ ਤੁਹਾਡੀ ਆਵਾਜ਼ ਨਹੀਂ ਸੁਣਾਈ ਦੇਗੀ ਤੁਸੀਂ ਆਪਣੀ ਟੀਵੀ ਦੀ ਆਵਾਜ਼ ਬੰਦ ਕਰਕੇ ਦੱਸੋ ਸਾਨੂੰ ਕਾਲ ਤੁਹਾਡੀ ਬੰਦ ਕਰਨੀ ਪੈ ਜਾਏਗੀ ਤੁਸੀਂ ਆਵਾਜ਼ ਟੀਵੀ ਦੀ ਬੰਦ ਕਰਕੇ ਦੱਸੋ ਹੈਲੋ ਹੈਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜੀਤ ਬੋਲ ਰਹੇ ਹਾਂ ਜੀ ਫੀਨਿਕਸ ਤੋਂ ਹਾਂਜੀ ਹਾਂਜੀ ਹਰਜੀਤ ਜੀ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਬਾਤ ਕੋਲ ਲਕਾਈ ਨੂੰ ਨਾਨਕ ਤੇਜ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਹੋਵੇ ਜੀ ਬਹੁਤ ਬਹੁਤ ਤੁਹਾਨੂੰ ਵੀ ਹੋਏ ਸਾਡੀਆਂ ਝੋਲੀਆਂ ਚ ਠੀਕ ਹੈ ਜੀ ਥੋੜੀ ਜੀ ਨਾਮਦਾਨ ਦੀ ਖੈਰ ਪਾਵੇ ਦਾਤਾ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ 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 ਨਮਸਕਾਰ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਚ ਰਹੇ ਆ ਜੀ ਹਾਂਜੀ 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 ਸੋਚ ਸਾਹਿਬ ਭਾਈ ਵੀਰ ਸਿੰਘ ਹੋਰੀ ਆਪਣੇ ਬਲਵਲਿਆਂ ਵਿੱਚ ਹਾਂਜੀ ਇਹ ਅਰਦਾਸ ਕਰਦੇ ਨੇ ਉਹ ਮੈਂ ਤੁਹਾਡੇ ਨਾਲ ਲਸਾਂਜੀ ਕਰਾਂਗਾ ਤੁਹਾਡੇ ਸੁਰਤਿਆਂ ਨਾਲ ਵੀ ਹਾਂਜੀ ਉਕੰਦਨੀ ਲੱਖ ਚੰਗਿਆਈਆਂ ਸਤਿਗੁਰੂ ਨਾਨਕ ਹਾਂਜੀ ਹੱਥ ਕਦੀ ਨਾ ਸਰ ਆਈ ਹਾਂ ਹਾਂ ਲੱਗ ਗਏ ਹਾਂ ਵਿਜਪ੍ਰਿਆਈਆਂ ਹੂੰ ਹੂੰ ਸਾਈ ਤੋਂ ਵਿੱਠਾ ਪਾਈਆਂ ਹੂੰ ਹੂੰ ਆਮ ਮਸਾਰਾ ਹੋ ਗਿਆ ਸਾਈਆਂ ਹਾਂ 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 ਅਸਾ ਪਾਣੀ ਟੀਕ ਗੁਆਈ ਹਾਂਜੀ ਗੁੱਸੇ ਗਏ ਹਾਂ ਹੁਣ ਵਿੱਚ ਵਿਪਦਾ ਘੇਰ ਲਿਆ ਚੋ ਫੇਰਿਓ ਅਪਦਾ ਹੂੰ ਹੂੰ ਸੱਜਣ ਸੈਣ ਕੋਈ ਨਹੀਂ ਦਿਸਦਾ ਹਾਂਜੀ ਬਹੁਤ ਬਹੁਤ ਹੁਣ ਆਪ ਗਸਾਈਆਂ ਮਹਾਂ ਨਾਨਕ ਤਰਤ ਗਸਾਈਂ ਅਮਨੀ ਉਮਤ ਅਗ ਭਜਾਈਂ ਔਗਨ ਸਾਰੇ ਬਖਸ਼ ਪਣਾਈਂ ਜੀ ਲੜ ਲਈ ਨੂੰ ਆਪ ਭਜਾਈਂ ਬਹੁਤ ਅੱਛੇ ਬਹੁਤ ਅੱਛੇ ਪਾਈ ਸਾਹਿਬ ਦੀ ਕੀ ਗੱਲ ਹੈ ਉਹ ਤੇ ਬਿਲਕੁਲ ਮਖਬੂਰ ਸਣ ਬਹੁਤ ਬਹੁਤ ਧੰਨਵਾਦ ਸੋਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਹੈਲੋ 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 ਹਾਂਜੀ ਮੈਂ ਗ੍ਰੀਨਸਪ ਪਾਲ ਸਿੰਘ ਬੋਲ ਰਹੇ ਹਾਂ ਜੀ ਹਾਂ ਜੀ ਹਾਂ ਜੀ ਮਹਿੰਦਰਪਾਲ ਸਿੰਘ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੇਂਦਰਪਾਲ ਸਿੰਘ ਜੀ ਗੁਰਨਾਨਕ ਦੇਵ ਜੀ ਦੇ ਹੈਪੀ ਬਰਥਡੇ ਦੀ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ ਜੀ ਤੁਹਾਨੂੰ ਵੀ ਬਹੁਤ ਬਹੁਤ ਮੈਂ ਸਿਰਫ ਇਹ ਪੁੱਛਣਾ ਚਾਹਨਾ ਸੀ ਕਿ ਅੱਜ ਦੇ ਸਿਨੈਰੀਓ ਦੇ ਸਾਹਮਣੇ ਜੀ ਸਿੱਖੀ ਦਾ ਹੋਰ ਬਹੁਤ ਕਿਸ ਤਰ੍ਹਾਂ ਬਦਲ ਹੋ ਸਕਦਾ ਹੈ ਜਿਸ ਤੇ ਜਿਸ ਤਰ੍ਹਾਂ ਪਰਮਾਤਮਾ ਕਿ ਕਿਸ ਤਰ੍ਹਾਂ ਸਿੱਖ ਪਾਸ਼ਾ ਜੀ ਨੇ ਅਰਮੰਦਰ ਸਾਹਿਬ ਨੇ ਚਾਰ ਦਰਵਾਜੇ ਰੱਖ ਕੇ ਸਾਰੇ ਜੀ ਜੀ ਸਿੱਖ ਕਰਨ ਦੇ ਨੇੜੇ ਲਿਆਂਦੀ ਤੇ ਮਨੁੱਖਤਾ ਦਾ ਉਪਦੇਸ਼ ਦੇਣ ਵਾਸਤੇ ਹੋਰ ਕੀ ਕੀਤਾ ਜਾ ਸਕਦਾ ਜੀ ਉਸ ਵਾਸਤੇ ਜੇ ਅਸੀਂ ਕੁਝ ਕਸ਼ਤ ਕੀ ਰਹੀ ਬੜੀ ਖੁਸ਼ੀ ਹੋਈ ਬਿਲਕੁਲ ਗੁਰਨਾਨਕ ਪਾਤਸ਼ਾਹ ਨੇ ਦੋ ਚੀਜ਼ਾਂ ਜਿਹੜੀਆਂ ਕੀਤੀਆਂ ਇੱਕ ਤੇ ਉਹਨਾਂ ਨੇ ساری ਜ਼ਿੰਦਗੀ ਕਦੀ ਵੀ ਕਿਸੇ ਨਾਲ ਸ਼ਾਸਤਰਾਰਥ ਨਹੀਂ ਕੀਤਾ ਜਿਹੜੀ ਇੱਥੇ ਦੀ ਸੰਸਕ੍ਰਿਤੀ ਵਿੱਚ ਸੀ ਜੀ ਉਹਨਾਂ ਨੇ ਗੋਸ਼ਟ ਤੇ ਕੀਤੀ ਗੱਲਬਾਤ ਕੀਤੀ ਜਦੋਂ ਸਾਹਿਬਾਂ ਨੂੰ ਕਿਹਾ ਗਿਆ ਜਦੋਂ ਇੱਕ ਸਿੱਧ ਬੜੇ ਗੁੱਸੇ ਚ ਗੁਰਨਾਨਕ ਪਾਤਸ਼ਾਹ ਦੇ ਕੋਲ ਆਇਆ ਝੂਮਦਾ ਹੋਇਆ ਤਾਂ ਪਾਈ ਮਰਦਾਨਾ ਜੀ ਕਹਿੰਦੇ ਬਾਬਾ ਇਹਦੇ ਨਾਲ ਦੋ ਹੱਥ ਕਰਾਂ ਤਾਂ ਹਜ਼ੂਰ ਮੁਸਕਰਾ ਕੇ ਕਹਿਣ ਲੱਗੇ ਮਰਦਾਨਿਆ ਅਸੀਂ ਕੁਸ਼ਤੀ ਕਰਨ ਨਹੀਂ ਆਏ ਗੋਸ਼ਟੀ ਕਰਨ ਆਏ ਹਾਂ ਪਰ ਅਸੀਂ ਲੱਗਦਾ ਹੈ ਦੂਜਿਆਂ ਨਾਲ ਗੋਸ਼ਟੀ ਕੀ ਕਰਨੀ ਅਸੀਂ ਆਪਣੇ ਨਾਲ ਕੁਸ਼ਤੀ ਕਰਨੀ ਬੜੀ ਅੱਛੀ ਤਰ੍ਹਾਂ ਸਿੱਖ ਲਈ ਹੈ ਸਹੀ ਗੱਲ ਸੋ ਇੱਕ ਤਾਂ ਗੋਸ਼ਟੀ ਕਰਨ ਦੀ ਗੱਲਬਾਤ ਕਰਨ ਦੀ ਜਿਹੜਾ ਅਸੂਲ ਦਿੱਤਾ ਜਬਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਪਰ ਨਾਲ ਇਹ ਵੀ ਕਿਹਾ ਕਿ ਸੰਤ ਮਿਲੇ ਤਾਂ ਸਭ ਕਿਛ ਕਹੀਏ ਮਿਲੇ ਅਸੰਤ ਮਸ਼ਟ ਕਰ ਰਹੀਏ ਸੰਤਨ ਸਿਓ ਬੋਲੇ ਉਪਕਾਰੀ ਮੂਰਖ ਸਿਓ ਬੋਲੇ ਚੱਖ ਮਾਰੀ ਸੋ ਇਕ ਤੇ ਚੱਖ ਮਾਰਨ ਤੋਂ ਬਚੀਏ ਔਰ ਗੋਸ਼ਟੀ ਕਰਨ ਦੀ ਜਿਹੜੀ ਜਾਂਚ ਹੈ ਜੇ ਸਿੱਖ ਲਈਏ ਅਸੀਂ ਦੂਜਿਆਂ ਨਾਲ ਤਾਂ ਗੋਸ਼ਟੀ ਕੀ ਕਰਨੀ ਪਹਿਲਾਂ ਆਪਣੇ ਨਾਲ ਵੀ ਕਰ ਸਕੀਏ ਤੇ ਬੜੀ ਵੱਡੀ ਗੱਲ ਹੋਏਗੀ ਔਰ ਦੂਸਰੀ ਚੀਜ਼ ਸਭ ਤੋਂ ਵੱਡਾ ਪਾਪ ਪਾਰੇ ਪੋਏ ਅਕਿਰਤ ਕਰਨ ਮੰਦੀ ਹੂ ਮੰਦੇ ਗੁਰੂ ਨਿੰਦਾ ਜਿਹੜੀ ਹੋ ਰਹੀ ਹੈ ਇਹਦਾ ਜਿਹੜਾ ਇੱਕ ਰਵਾਜ ਚੱਲ ਪਿਆ ਹੈ ਜਿਹੜਾ ਉੱਠਦਾ ਹੈ ਉਹ ਗੁਰੂ ਨਿੰਦਾ ਕਰਨ ਲੱਗ ਪੈਂਦਾ ਹੈ ਉਸ ਤੋਂ ਬਚੀਏ ਔਰ ਇਹ ਜਿਹੜੀ ਬਿਮਾਰੀ ਹੈ ਇਹ ਲੈ ਡੋਬੇਗੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਕ ਜੀ ਹੈਲੋ ਹੈਲੋ ਹਾਂਜੀ ਹੈਲੋ 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 ਵੈਗ ਜੀ ਕਾ ਖਾਲਸਾ ਵੈਗ ਜੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ ਜੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਜੀ ਬਹੁਤ ਬਹੁਤ ਧੰਨਵਾਦ ਸਰਬੱਤ ਬਾਹਰ ਵੀ ਉਹੀ ਜੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਜੀ 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 ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰਪ੍ਰਸਾਦ ਬਹੁਤ ਬਹੁਤ ਧੰਨਵਾਦ ਗੁਰੂ ਨਾਨਕ ਦੀ ਵਿੜਾਈ ਕਹੀ ਨਹੀਂ ਜਾ ਸਕਦੀ ਜੇਵਾ ਇੱਕ ਕਮੁਗੁਲ ਕਹੀਏ ਬੇਸਮਾਰ ਬੰਤ ਸੁਆਮੀ ਤੇ ਅੰਤ ਨਕਰੀ ਰਹੀ ਬਹੁਤ ਬਹੁਤ ਨਾਨਕ ਮੇਰਾ ਵੀਰ ਵੀ ਹੈ ਮੇਰਾ ਪਿਤਾ ਵੀ ਹੈ ਮੇਰਾ ਮਾਲਕ ਵੀ ਹੈ ਲੱਖ ਲੱਖ ਵਧਾਈਆਂ ਸਤਿ ਸ੍ਰੀ ਅਕਾਲ ਜੀ ਪਰ ਸਾਰੀ ਲੋਕਾਈ ਨੂੰ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਇਹੀ ਗੱਲ ਬਿਲਕੁਲ ਕਹੀ ਸੀ ਭਾਈਆ ਜੈ ਰਾਮ ਜੀ ਨੇ ਬੇਬੇ ਨਾਨਕੀ ਨੂੰ ਜਦੋਂ ਉਹਨਾਂ ਦਾ ਵਿਆਹ ਹੋਇਆ ਪਹਿਲੀ ਜਿਹੜੀ ਗੱਲ ਕਹੀ ਜਨਮ ਸਾਖੀ ਚ ਲਿਖਿਆ ਹੈ ਕਹਿਣ ਲੱਗੇ ਨਾਨਕੀ ਉਹ ਕੁਲ ਤਨ ਹੈ ਜਿਦੇ ਚ ਨਾਨਕ ਜੰਮਿਆ ਉਹ ਮਿੱਤਰ ਤਨ ਹਨ ਜਿਨ੍ਹਾਂ ਨੂੰ ਨਾਨਕ ਵਰਗਾ ਦੋਸਤ ਮਿਲਿਆ ਤੂੰ ਤਨ ਹੈ ਤੈਨੂੰ ਨਾਨਕ ਵਰਗਾ ਵੀਰ ਮਿਲਿਆ ਤੇ ਥੋੜੇ ਥੋੜੇ ਅਸੀਂ ਵੀ ਤਨ ਹ ਸਾਡੇ ਤੇਰੇ ਨਾਲ ਹੀ ਸਾਡਾ ਨਾਨਕ ਨਾਲ ਰਿਸ਼ਤਾ ਜੁੜਿਆ ਸੋ ਅਸੀਂ ਕਿੰਨੇ ਤਨ ਹ ਕਿ ਸਾਨੂੰ ਗੁਰਨਾਨਕ ਵਰਗਾ ਗੁਰੂ ਮਿਲ ਗਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਹੈਲੋ 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 ਤੁਸੀਂ ਲਾਈਨ ਤੇ ਹੋ ਹਲੋ ਵਾਹਿਗੁਰੂ ਸਾਹਿਬ ਵਾਹਿ ਫਤੇ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਨਹੀਂ ਆ ਰਹੀ ਸੀ ਜੀ ਸਾਡੀ ਤੁਹਾਨੂੰ ਨਹੀਂ ਜੀ ਆਵਾਜ਼ ਨਹੀਂ ਸਿਆਰੀ ਹੋਣੀ ਆ ਰਹੀ ਆਵਾਜ਼ ਅੱਛਾ ਬਹੁਤ ਦੂਰ ਹੋਵੋਗੇ ਨਾ ਤੁਸੀਂ ਤਾਂ ਕਰਕੇ ਹਾਂਜੀ 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 ਇਹ ਮਸ਼ੀਨਾਂ ਠੀਕ ਕਰਨੀਆਂ ਬਣੀਆਂ ਜੀ ਤੁਹਾਨੂੰ ਬੋਲ ਰਿਹਾ ਜੀ ਹਾਂਜੀ ਹਾਂਜੀ ਤੇ ਬਹੁਤ ਪਿਆਰਾ ਤੁਹਾਡਾ ਪ੍ਰੋਗਰਾਮ ਹੈਗਾ ਜੀ ਦੱਸ ਰਹੇ ਸੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਵੀ ਪੀ ਉਹਨਾਂ ਦਾ ਜਿਹੜਾ ਪਹਿਲਾ ਜਨਮ ਸੀਗਾ ਉਹਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਤਪੱਸਿਆ ਸੀਗੀ ਇਸ ਤਰ੍ਹਾਂ ਦੀ ਸਾਖੀ ਕੋਈ ਹੈਗੀ ਹੈ ਜਾਂ ਹਾਂਜੀ ਮੈਂ ਜ਼ਿਕਰ ਕੀਤਾ ਜੀ ਇਹ ਜਿਹੜਾ ਮਿਸਟਿਸਿਜ਼ਮ ਦਾ ਇੱਕ ਅੰਗ ਹੁੰਦਾ ਹੈ ਕਿ ਪੁਨਰਜਨਮ ਵਿੱਚ ਗੁਰਮਤ ਯਕੀਨ ਰੱਖਦੀ ਹੈ ਤੇ ਜਿਹੜਾ ਦਬਿਸਤਾਨੇ ਮਜ਼ਾਹਬ ਜਿਹੜੀ ਕਿਤਾਬ ਹੈ ਮੌਸਨ ਫਾਨੀ ਦੀ ਉਸਨੇ ਜਿਹੜਾ ਜ਼ਿਕਰ ਕੀਤਾ ਹੈ ਕਿ ਗੁਰਨਾਨਕ ਪਾਤਸ਼ਾਹ ਨੇ ਪਹਿਲਾਂ ਬਹੁਤ ਭਾਰੀ ਤਪੱਸਿਆ ਕੀਤੀ ਸੀ ਬਹੁਤ ਕਰਕੇ ਫਿਰ ਉਹ ਬਖਸ਼ਿਸ਼ ਤੇ ਦਰ ਨੂੰ ਪ੍ਰਾਪਤ ਹੋਏ ਸੀ ਇਹੀ ਗੱਲ ਇਹੀ ਰਮਜ਼ ਪਾਈ ਸਾਹਿਬ ਪਾਈ ਗੁਰਦਾਸ ਜੀ ਨੇ ਵੀ ਖੋਲੀ ਹੈ ਪਹਿਲਾਂ ਬਾਬੇ ਪਾਇਆ ਬਖਸਦਰ ਪਿੱਛੋਂ ਦੇ ਫਿਰ ਕਾਲ ਕਮਾਈ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਚਾਈ ਤੇ ਜਿਹੜੀ ਉਹਨਾਂ ਨੇ ਗੱਲ ਕੇ ਭਾਰੀ ਕਰੀ ਤਪੱਸਿਆ ਵੱਡੇ ਬਾਗ ਹਰਿ ਸਿਉ ਬਣਾਈ ਸੋ ਉਸੇ ਦਾ ਜ਼ਿਕਰ ਜਿਹੜਾ ਹੈ ਇਹ ਦਾ ਬਿਸਤਾਨ ਵਿੱਚ ਔਰ ਪਾਈ ਗੁਰਦਾਸ ਜੀ ਆਪਣੀ ਰਮਜ਼ ਵਿੱਚ ਕਰਦੇ ਹਨ ਔਰ ਇਹੀ ਗੱਲ ਜਿਹੜੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਖੁਦ ਲਿਖਿਆ ਹੈ ਕਿ ਹਉ ਟਾਡੀ ਵੇਕਾਰ ਕਾਰੇ ਲਾਇਆ ਔਰ ਨਾਲ ਕਹਿੰਦੇ ਰਾਤ ਦੇਹ ਕੇ ਵਾਰ ਤੁਰੋ ਫਰਮਾਇਆ ਟਾਡੀ ਸੱਚੇ ਮਹਿਲ ਖਸਮ ਬੁਲਾਇਆ ਔਰ ਵਾਹਿਗੁਰੂ ਨੇ ਬੁਲਾ ਕੇ ਸੱਚੀ ਸਿਫਤ ਸਲਾਹ ਕਪੜਾ ਪਾਇਆ ਪਹਿਰ ਸਰਪਾਉ ਸੇਵਕ ਜਨ ਮੇਲੇ ਇਹ ਗੁਰੂ ਨਾਨਕ ਪਾਤਸ਼ਾਹ ਖੁਦ ਕਹਿ ਰਹੇ ਹਨ ਕਿ ਮੈਨੂੰ ਅਕਾਲ ਪੁਰਖ ਨੇ ਆਪਣੇ ਦਰ ਦੇ ਉੱਤੇ ਬੁਲਾ ਕੇ ਇਸ ਟਾਡੀ ਨੂੰ ਬੁਲਾ ਕੇ ਔਰ ਮੈਨੂੰ ਸਰਪਾਉ ਦਿੱਤਾ ਮੈਨੂੰ ਉਸ ਬਖਸ਼ਿਸ਼ ਦਾ ਕਪੜਾ ਮੈਨੂੰ ਪ੍ਰਾਪਤ ਕੀਤਾ ਦਰਅਸਲ ਕਿਸੇ ਵੀ ਧਰਮ ਦੀ ਰਹਸਵਾਦ ਇੱਕ ਬਹੁਤ ਵੱਡਾ ਅੰਗ ਹੁੰਦਾ ਹੈ ਇਹ ਵਿਸਥਾਰ ਦਾ ਵਿਸ਼ਾ ਹੈ ਕਿਸੇ ਵੇਲੇ ਆਪ ਨਾਲ ਕੋਸ਼ਿਸ਼ ਕਰਾਂਗੇ ਉਸ ਰਮਜ਼ ਦੀ ਗੱਲ ਕਰਨ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਜੀ ਸਾਡੇ ਮਲਵਤ ਦੀ ਸੰਗਤ ਵੱਲੋਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਵਧਾਈ ਹੋਵੇ ਬਹੁਤ ਬਹੁਤ ਧੰਨਵਾਦ ਸਾਰੇ ਸਾਰੇ ਸੰਸਾਰ ਨੂੰ ਹੋਵੇ ਹੈਲੋ 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 ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਛੱਡੇ ਵੱਲੋਂ ਸਾਰੇ ਚ 100 ਲੱਖ ਭਰਾਈ ਵੇ ਗੁਰੂ ਨਾਨਕ ਦੇਵ ਜੀ ਦੇ ਉਸਬ ਤੇ ਜੀ ਸਾਡੀ ਇਹ ਹੀ ਪ੍ਰਾਰਥਨਾ ਹੈ ਗੁਰੂ ਮਹਾਰਾਜ ਦੇ ਅੱਗੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਕਿ ਸਾਰੇ ਸੰਸਾਰ ਤੇ ਭਲਾ ਰੱਖੇ ਸਰਬੰディー ਪਿਆਰ ਬਤਾਈਏ ਆਲਦ ਵਾਲੇ ਖਿਆਰੰਦੇ ਨਾਲ ਸਾਲ ਮਿਲ ਕੇ ਸਾਰੇ ਪਿਆਰ ਵੰਡਿਆ ਅਸੀਂ ਇੱਥੋਂ ਅਲਵਨੀ ਤਾਂ ਬੋਲ ਰਹੀ ਆ ਪਰਮਜੀਤ ਬੋਲ ਰਹੀ ਮੈਂ ਅੱਛਾ ਜੀ ਬਹੁਤ ਬਹੁਤ ਸਾਰਿਆਂ ਨੂੰ ਬਹੁਤ ਬਹੁਤ ਪਰ ਉਹਨਾਂ ਨੇ ਨਾਲ ਨਿਯਮ ਵੀ ਦੱਸ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਕਾ ਪਲਾ ਇਹ ਕਾ ਪਲਾ ਹੈ ਅਸੀਂ ਹੁਣ ਇਹਨੂੰ ਦਾ ਪਲਾ ਬਣਾਈ ਜਾਂਦੇ ਆ ਸਰਬਤ ਕਾ ਪਲਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਹੈਲੋ ਹੈਲੋ ਹਾਂ ਜੀ ਹੋਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੀ ਜੀ ਹਾਂਜੀ ਮੈਂ ਗੁਰਵਿੰਦਰ ਸਿੰਘ ਘੋੜਾ ਟੈਲੀਫੋਨ ਮੈਦੋ ਜੀ ਹਾਂਜੀ ਹਾਂਜੀ ਗੁਰਵਿੰਦਰ ਸਿੰਘ ਜੀ ਹਾਂਜੀ ਸਤਿਗੁਰੂ ਮੈਂ ਆਪਣੇ ਬਨਾਲ ਦੇ ਦੇ ਬਰਪੁਰ ਦੀ ਫੋਟੋ ਬਣਾਈਆਂ ਤੇਣਾ ਚਾਹਣਾ ਕੀ ਟੈਲੀਫੋਨ ਅਮਰੀਕਾ ਚਿੰਨ੍ਹ ਸੰਗਪੀਦਾਰੇ ਉਹਨਾਂ ਨੂੰ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡੀ ਵਧਾਈ ਸਾਰਿਆਂ ਨੂੰ ਪਹੁੰਚ ਗਈ ਬਹੁਤ ਬਹੁਤ ਤੁਹਾਡਾ ਮੈਂ ਮੇਰੇ ਮਮੀ ਪਾਪਾ ਬਿਲਕੁਲ ਠੀਕਾ ਹੋਰ ਮੈਂ ਅੱਗੇ ਅਸ਼ੇਰ ਅਰਦਾਸ ਕਰਦਾ ਹਾਂ

ਕਾਲਫੋਨ ਹੈ ਬੋਲਦੇ ਨੇ ਹੋਰ ਸੁਣਾਓ ਜੀ ਚੜਦੀ ਕਲਾ ਬਿਲਕੁਲ ਹਾਂਜੀ ਹੁਕਮ ਕਰੋ ਤੁਸੀਂ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ ਵਾਹਿਗੁਰੂ ਜੀ ਜੀ ਅਰਜ ਕਰਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸਾਰੇ ਪਰਿਵਾਰ ਸਾਰੇ ਵਾੜ ਦੇ ਲੋਕਾਂ ਨੂੰ ਸਾਡੇ ਦੇ ਗੁਰਨਾਮ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਆਪ ਸਭ ਨੂੰ ਵਧਾਈ ਹੋਵੇ ਬਹੁਤ ਬਹੁਤ ਧੰਨਵਾਦ ਓਕੇ ਸਤਿ ਸ੍ਰੀ ਅਕਾਲ ਹੈਲੋ ਹਲੋ ਪਾ ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾ ਸਰ ਜੀ ਪਹਿਲਾਂ ਤਾਂ ਸਾਰੇ ਜਗਤ ਨੂੰ ਗੁਰੂ ਸਾਹਿਬਾਂ ਦੇ ਪ੍ਰਕਾਸ਼ ਜੜੀ ਵਿਦਾਈਆਂ ਬਹੁਤ ਬਹੁਤ ਸਾਡੇ ਸਰਪਰਵਰ ਨੂੰ ਜੀ ਤੇ ਦੂਸਰੀ ਵੀ ਜੀ ਬੇਨਤੀ ਸੀ ਕਿ ਤੁਸੀਂ ਜਿੱਦਾਂ ਕਹਿ ਰਹੇ ਸੀ ਨਾ ਕਿ ਜਿਹੜੇ ਗੁਰੂ ਦੀ ਨਿੰਦਿਆ ਕਰਦੇ ਆਪਣੇ ਹਨ ਕੋਸਟੀ ਨਹੀਂ ਕਰਦੇ ਕੁਸ਼ਤੀ ਕਰਦੇ ਆ ਰਾਈਟ ਜੀ ਜੀ ਉਸ ਸੰਬੰਧ ਸਬੰਧ ਨਾਲ ਇੱਕ ਬੇਨਤੀ ਕਰਨਾ ਚਾਹੁੰਦਾ ਛੇ ਕਿ ਮੈਂ ਪਸਾਰੋ ਰੋਜ ਯਾਤਿਕਾ ਦੀ ਬਸਤੀ ਨਰਕੀਤਨ ਤੇ ਜੀ ਆਪ ਜੀ ਦੀ ਟੀਮ ਉੱਤੇ ਪਹੁੰਚੀ ਸੀ 10:00 ਵਜੇ ਵੀ ਉਹਨਾਂ ਨੇ ਪੂਰੀ ਨਰਕੀਤਨ ਨੂੰ ਕਵਰਜ ਕੀਤਾ ਲਾਈਫ ਸਟਾਈਲ ਕਵਰ ਕੀਤਾ ਹੂੰ ਹੂੰ ਉਹਦੇ ਵਿੱਚ ਇੱਕ ਚੀਜ਼ ਉਹ ਤੁਹਾਨੂੰ ਬੇਨਤੀ ਕਰਨ ਚਾਹੁੰਦਾ ਤੁਸੀਂ ਖੁਦ ਨੋਟ ਕਰਿਓ ਕਿ ਗੁਰੂ ਸਾਹਿਬ ਦੀ ਸਵਾਰੀ ਚੱਲਦੀ ਆ ਪਿਆਰ ਜੀ ਇੱਕ ਵਾਈ ਦੇ ਵਿੱਚ ਜੀ ਤੁਸੀਂ ਮੂਵੀ ਚੈੱਕ ਕਰਿਓ ਅੰਨਿਆ ਪਿਆਰਿਆਂ ਤੇ ਗੁਰੂ ਸਾਹਿਬ ਦੀ ਪਾਲਕ ਤੇ ਵਿਚਕਾਰ ਕਰ ਤੋਂ ਘਾਟ ਵੀ ਤੇ 50 ਬੰਦੇ ਜੁੱਤੀਆਂ ਪਾ ਕੇ ਜੀ ਗੁਰੂ ਸਾਹਿਬ ਦੇ ਪਿੱਛੇ ਕਰਕੇ ਤੁਰੇ ਜਾਂਦੇ ਆ ਜੀ ਅਸੀਂ ਸਤਿਗੁਰਾਂ ਦਾ ਸਤਕਾਰ ਕਰਨ ਦੀ ਬਜਾਏ ਮਹਾਰਾਜ ਦੀ ਪਿੱਛੇ ਵੀ ਕਰਦੇ ਆ ਜੀ ਮੈਂ ਤਾਂ ਬੇਨਤੀ ਕਰਾਂਗਾ ਇਸ ਪੁਲੀਜ਼ ਜੇ ਤੁਸੀਂ ਆਪਣੇ ਵੱਲੋਂ ਇਹਨਾਂ ਨੂੰ ਬੇਨਤੀ ਕਰ ਦਿਓ ਕਿ ਮੇਰੇ ਵੀਰੋ ਜੇ ਆਪਾਂ ਜਾਣਨੇ ਆ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਵਾਸਤੇ ਦਰਸ਼ਨ ਕਰੀਂ ਨਾ ਕਿ ਮਹਾਰਾਜ ਦੇ ਪਿੱਛੇ ਕਰੀਏ ਜੀ ਪੰਜਾਂ ਪਿਆਰਾਂ ਦੀ ਨਰਾਜ਼ਗੀ ਕਰਦੇ ਆ ਇਹ ਗੁੱਸਾ ਦੀ ਇਹ ਗੱਦ ਵੀ ਕਰਦੇ ਆ ਪੰਜਾਂ ਪਿਆਰਿਆਂ ਦੇ ਤੇ ਗੁਰੂ ਸਾਹਿਬ ਦੇ ਮਿਰਲ 5 ਫੁੱਟ 7 ਫੁੱਟ ਦਾ ਫਾਸਲਾ ਸੀ ਨਾ ਹੂੰ ਹੂੰ ਲੋਕਾਂ ਦੇ ਜੁੱਤੀਆਂ ਪਾ ਕੇ ਉਸੇ ਤਰ੍ਹਾਂ ਹੀ ਕਿ ਕਿਸ ਨਾ ਸੇਵਾਦਾਰ ਸੇਵਾਦਾਰ ਨਹੀਂ ਚੌਧਰੀ ਜੀ ਕੇ ਵੀ ਸਾਡੀ ਫੋਟੋ ਆਵੇ ਜਾਂਾ ਦਾਵੇ ਉਹਨਾਂ ਆਹ ਲੈ ਕੇ ਸਾਡੀ ਫੋਟੋ ਆਉਣ ਨਾਲ ਮਹਾਰਾਜੀ ਨੂੰ ਨਰਾਜ਼ਗੀ ਕਰਦੇ ਆ ਕਿੰਨਾ ਮਤਲਬ ਮਨ ਦੁਖੀ ਹੋਇਆ ਨਾ ਜੀ ਦੇਖ ਕੇ ਵੀ ਕੁਝ ਹੋਣਾ ਬਸ ਜੀ ਆ ਬੇਨਤੀ ਹੈ ਕਿ ਇਸ ਦੇ ਬਾਰੇ ਸਿਰਫ ਇੱਕ ਬੇਨਤੀ ਕਰ ਸਕਦੇ ਆ ਕਿ ਜਸ ਪੰਜਾਬੀ ਨੇ ਜੋ ਕੁਝ ਵੀ ਉੱਥੇ ਕਵਰ ਕਰਨਾ ਸੀ ਪ੍ਰਬੰਧ ਦੇ ਵਿੱਚ ਇਹਨਾਂ ਦਾ ਕੋਈ ਹੱਥ ਨਹੀਂ ਹੈ ਆਪਣੀ ਮੈਂ ਮੇਰੀ ਬੇਨਤੀ ਆਪ ਜੀ ਦਾ ਪੈਗਾਮ ਆ ਗਿਆ ਸੁਦੇਸ਼ ਆ ਗਿਆ ਮੈਂ ਸਿਰਫ ਕਰਕੇ ਤੇ ਅਗਲੀ ਕਾਲ ਲਈਏ ਡਾਕੂਮੈਂਟ ਰਹਿ ਗਏ ਤੇ ਬੇਨਤੀ ਇਹ ਸਿਗੀ ਕਿ ਜਸ ਪੰਜਾਬੀ ਨੇ ਜੋ ਕੁਝ ਵੀ ਉੱਥੇ ਹੈਗਾ ਉਹ ਆਪ ਜੀ ਨੂੰ ਦਰਸਾਇਆ ਹੈ ਰਹਿ ਗਈ ਗੱਲ ਪ੍ਰਬੰਧ ਦੇ ਵਿੱਚ ਕਿਦਾਂ ਤੇ ਉਹਦੇ ਵਿੱਚ ਕੀ ਹੈ ਉਸ ਦੇ ਜਸ ਪੰਜਾਬੀ ਦਾ ਕੋਈ ਦਖਲ ਨਹੀਂ ਬਾਕੀ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨੇ ਇੱਕ ਗੱਲ ਲਿਖੀ ਹੈ ਕਿ ਗੁਰੂ ਸਾਹਿਬ ਜੀ ਜਦੋਂ ਤੁਰਦੇ ਸੀ ਨਾਲ ਉਹਨਾਂ ਦੇ ਸਿੰਘ ਤੁਰਦੇ ਸੀ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਸਾਰੇ ਨੰਗੇ ਪੈਰ ਤੁਰਦੇ ਸੀ ਪਰ ਜੇ ਜਿੰਨਾ ਸਤਕਾਰ ਕਾਇਮ ਰੱਖਿਆ ਜਾਏ ਗੁਰੂ ਮਹਾਰਾਜ ਦਾ ਉਹ ਬਹੁਤ ਚੰਗੀ ਗੱਲ ਹੈ ਉਹ ਜ਼ਰੂਰ ਕਰਨਾ ਚਾਹੀਦਾ ਹੈ ਧੰਨਵਾਦ ਬਹੁਤ ਬਹੁਤ ਹੈਲੋ ਉਹ ਜ਼ਰੂਰ ਕਰਨਾ ਚਾਹੀਦਾ ਹੈ ਹੈਲੋ ਹੈਲੋ ਹਾਂਜੀ ਵਾਹਿਗੁਰੂ ਜੀ ਦਾ ਖਾਸਾਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਭਾਈ ਸਾਹਿਬ ਜੀ ਬਹੁਤ ਵਧੀਆ ਜਿਹੜਾ ਤੁਸੀਂ ਅੱਜ ਸਾਰੇ ਲੋਕਾਈ ਨੂੰ ਇੱਕ ਗੁਰਨਾਨ ਪਾਤਸ਼ਾਹ ਦਾ ਜਿਹੜਾ ਸੰਦੇਸ਼ ਸੀ ਇਸ ਪ੍ਰੋਗਰਾਮ ਤੇ ਅਰੰਭ ਦੇਣ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕਾਫੀ ਲੋਕ ਜਿਹੜੇ ਇਸ ਕਮਾਂਗਾਰਾਂ ਵਿੱਚ ਜਿਹੜੇ ਰੈਜ਼ੀਡੈਂਟ ਹਨ ਤਾਂ ਪਹਿਲੀ ਗੱਲ ਸੋਚਣ ਲੱਗਦਾ ਗੁਰਪੁਰਬ ਕਦੋਂ ਆਇਆ ਜੀ ਜੀ ਮਾਈ ਨੇ ਕਿਥੇ ਇਹਨਾਂ ਹਾਂ ਜੀ ਜਿਹੜੀ ਇੰਨੀ ਵੱਡੀ ਅ ਜੰਨਤੀ ਆ ਤੇ ਇਸ ਇਸ ਨਾਲ ਨੋਟਾ ਬਾਕੀ ਜਿਹੜੀ ਗੁਰਨਾਨ ਸਿੰਘ ਸਾਹਿਬਾਰੇ ਤੇ ਭਾਈ ਗੁਰਦਾਸ ਜੀ ਨੇ ਦੇਖ ਦਿੱਤਾ ਜੀ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰਨਾਨ ਦੇਵ ਜੀ ਵਾਹਿਗੁਰੂ ਬਿਲਕੁਲ ਵਾਕਿਆ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਉਹਨਾਂ ਦੀ ਪਿਛਲੀ ਬੰਦਗੀ ਸੀ ਉਪਤਸਿਆ ਸੀ ਜਿਹਨੂੰ ਵੇਖ ਕੇ ਜਿਹਦੇ ਬਾਬਤ ਦਸਵੇਂ ਪਾਤਸ਼ਾਹ ਜੀ ਨੇ ਵੀ ਆਪ ਵੀ ਕਹਿ ਦਿੱਤਾ ਕਿ ਮੈਂ ਨਵੀਂ ਬਸੇ ਰੋਟੇ ਪੱਛਾ ਕਰਦੇ ਸੀਗੇ ਹਾਂ ਬਿਲਕੁਲ ਸਤ ਸ੍ਰਿੰਗ ਸੋਭਤ ਸਤਾ ਜੀ ਜਿੱਥੇ ਜਾ ਕੇ ਸਤ ਸਿਆ ਕੇ ਤੇ ਉੱਥੇ ਸਾਨੂੰ ਗੁਰੂ ਆਸਾਨੂੰ ਇੱਥੇ ਗੁਰੂ ਬਣਾ ਕੇ ਪਿਜਾਮੇ ਵਿੱਚ ਪੇਜਿਆ ਇਹੋ ਹੀ ਗੁਰਨਾਮਤਾ ਸਾਹਿਬ ਦੀ ਵਿੱਚ ਚੱਲ ਗਈ ਇਹ ਬਿਲਕੁਲ ਸਹੀ ਹੈ ਜੀ ਤੇ ਇਹਦੇ ਵਿੱਚ ਜਿਹੜਾ ਅੱਜ ਦਾ ਮੈਸੇਜ ਬਹੁਤ ਵਧੀਆ ਗਿਆ ਅਸੀਂ ਆਸ ਕਰਦੇ ਹਾਂ ਕਿ ਸਾਰੀ ਲੋਕਾਈ ਜਿਹੜੀ ਹੈ ਸਾਰੀ ਜਿਹੜੀ ਵੇਖਣ ਵਾਲੇ ਨੇ ਗੁਰਨਾਮਤਾ ਚਰਨਾਂ ਨਾਮ ਲੈਵਾ ਸੰਗਤ ਦਾ ਹੈ ਉਹ ਸਾਰੇ ਇਹ ਗੁਨਾਹ ਪਾਸ਼ਾ ਦੇ ਸੰਦੇਸ਼ਾਂ ਤੋਂ ਪ੍ਰਵਾਹ ਹੋ ਕੇ ਤੇ ਗੁਰੂ ਮਾਰੇ ਵਿਚਾਰਨਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੇ ਤੇ ਬੇਨਤੀ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੈਗਾਮ ਸੀ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕਸ ਹਮੂ ਰਤਨ ਜੋਹਰ ਹਮੂ ਮਾਨਕਸ ਮੈਂ ਹੀ ਮਾਲਾ ਹਾਂ ਮੈਂ ਹੀ ਉਹਦੇ ਮਣਕੇ ਹਾਂ ਪਿੰਨ ਪਿੰਨ ਸਭੂ ਕਰ ਜਾਨਾ ਏਕ ਰੂਪ ਕਿਨਹੂ ਪਹਿਚਾਨਾ ਜਿੰਨ ਜਾਨਾ ਤਨਹੀ ਸਿਧ ਪਾਈ ਬਿਨ ਸਮਝੇ ਕਿਛਾਤ ਨਾ ਆਈ अगर गुरु नानक साहब और गुरु गोविंद सिंह देविच कोई अंतर नहीं है वही रूप है वही स्वरूप है वही पैगाम है बहुत-बहुत धन्यवाद बहुत हेलो यस मैं गुरजीत कौर बोल रही yes. हूँ। yes. टेक्सास तो गुरु नानक देव जी के uh, जन्मदिन दी लाख लाख बधाई होवे बहुत-बहुत धन्यवाद थोड़ा थैंक यू हेलो हेलो हां जी ਤੁਹਾਵਾਂ ਸੇ ਬੋਲ ਰਹਾ ਹੈ ਜੀ ਕੋਈ ਹਾਂ ਜੀ ਮੈਂ ਬੋਲ ਰਿਹਾ ਜੀ ਗੁਰਚਰਨਜੀਤ ਸਿੰਘ ਲੰਬਾ ਤੁਸੀਂ ਜੱਸ ਪੰਜਾਬੀ ਦੇ ਹਾਂ ਬਾਦਸ਼ਾਹੀ ਪਹਿਲੀ ਦੇ ਪ੍ਰਕਾਸ਼ ਦਿਵਸ ਤੇ ਅੱਤੇ ਵਧਾਈ ਹਾਂ ਜੀ ਹੁਕਮ ਕਰੋ ਬਹੁਤ ਖੌਫਲੇ ਭਾਈ ਜੀ ਮੈਂ ਇੱਕ ਛੋਟੀ ਜਿਹੀ ਰਿਕਵੈਸਟ ਕਰਨੀ ਚਾਹਦਾ ਜ਼ਰੂਰ ਕਰੋ ਦੱਸੋ ਹੁਕਮ ਕਰੋ ਮਾਲਿਕ ਦਾ ਨਾਮ ਲੈਣ ਵਾਲੇ ਤੇ ਸਾਰੀ ਦੁਨੀਆ ਦੇ ਵਿੱਚ ਫਾਸੀ ਹੋ ਗਏ ਹਾਂ ਜੀ ਪਰ ਜਗਾ ਜਗਾ ਅਸੀਂ ਪੂਜਣ ਵਾਲਿਆਂ ਨੂੰ ਦੇਖਦੇ ਹਾਂ ਸਭ ਕੁਝ ਕਰਦੇ ਹਾਂ ਹਮਮ ਪਰ ਅਸੀਂ ਚੋਨੇਆ ਕਿ ਸਾਡੇ ਜਿਹੜੇ ਹਿੰਦੁਸਤਾਨ ਦੇ ਨੇਤਾ ਆ ਜੀ ਉਹਨਾਂ ਦੇ ਵਿੱਚ ਵੀ ਕੁਝ ਸੁਧਾਰ ਆ ਜਾਏ ਸਾਡਾ ਕਲਿਆਣ ਹੋ ਸਕਦਾ ਚਲੋ ਇਹਦੇ ਬਾਰੇ ਮੈਂ ਇੱਕੋ ਗੱਲ ਕਹਿ ਸਕਦਾ ਇੱਕ ਤਾਂ ਆਪ ਦੀ ਕਾਲ ਆਖਿਰਲੀ ਹੈ ਅਸੀਂ ਹੋਰ ਨਹੀਂ ਲੈ ਸਕਦੇ ਪਰ ਸਾਨੂੰ ਬੇਨਤੀ ਸਾਰਿਆਂ ਨੂੰ ਹੈ ਕਿ ਤੁਸੀਂ ਸਾਨੂੰ ਜ਼ਰੂਰ lambda.ajs.punjabi.com ਜਾਂ info@ajs.punjabi.com ਦੇ ਉੱਤੇ ਜ਼ਰੂਰ ਸੰਦੇਸ਼ ਭੇਜੋ ਆਪਣੇ ਸਾਨੂੰ ਮੈਸੇਜ ਭੇਜੋ ਔਰੇ ਦੱਸੋ ਕਿ ਪ੍ਰੋਗਰਾਮ ਤੁਹਾਨੂੰ ਕਿੰਨਾ ਕਿਦਾਂ ਦਾ ਲੱਗਾ ਤੇ ਇਸ ਦੇ ਬਾਰੇ ਕੇਵਲ ਇਹ ਕਹਿ ਸਕਦੇ ਆ ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ ਬਾਬਾ ਨਾਨਕ ਸਾਫ ਫਕੀਰ ਇਹ ਜਿਹੜੀ ਸਾਂਝੀ ਵਾਲਤਾ ਦਾ ਜੋ ਪੈਗਾਮ ਗੁਰੂ ਨਾਨਕ ਸਾਹਿਬ ਨੇ ਦਿੱਤਾ ਪਰ ਜਿੱਥੇ ਤੱਕ ਗੱਲ ਇਹਨਾਂ ਲੀਡਰਾਂ ਦੀ ਨੇਤਾਵਾਂ ਦੀ ਹੈ ਤਾਂ ਈਸ਼ਰ ਸਿੰਘ ਪਾਈਆ ਜਿਹੜੇ ਖੁਦ ਬਾਸਰਸ ਦੇ ਕਵੀ ਸਣ ਪਰ ਅਖੀਰ ਦੇ ਵਿੱਚ ਉਹਨਾਂ ਨੇ ਵੀ ਆਪਣੀ ਵੇਦਨਾ ਪ੍ਰਗਟ ਕਰਕੇ ਕਹਿ ਦਿੱਤਾ ਤੇ ਤੈਨੂੰ ਕੀ ਦੱਸਾਂ ਉਹਨਾਂ ਨੇ ਜਿਹੜੀ ਗੱਲ ਕਹੀ ਲੋਕਾਂ ਵੰਡੀਆਂ ਪਾ ਕੇ ਬੁਲਕ ਮੰਡਲੇ ਸਾਡੇ ਲਈ ਹੈ ਲੱਡੂਆਂ ਦਾ ਪੂਰ ਨਾਨਕ ਹੱਥ ਜੋੜ ਕੇ ਆਪਣਾ ਹੱਕ ਮੰਗੀਏ ਅੱਗੋਂ ਕਹਿੰਦੇ ਨੇ ਏਹੋ ਹਜ਼ੂਰ ਨਾਨਕ ਅੱਜ ਸਿੱਖਾਂ ਦੇ ਪੇੜੇ ਦਿਮਾਗ ਅੰਦਰ ਆ ਗਿਆ ਏ ਕੋਈ ਫਤੂਰ ਨਾਨਕ ਸੋ ਇਹਦੇ ਵਿੱਚ ਕਸੂਰ ਉਹਨਾਂ ਦੇ ਨਹੀਂ ਉਹਨਾਂ ਦੀ ਫਿਤਰਤ ਦਾ ਹੈ ਇਹ ਰਾਜਨੀਤਿਕ ਲੋਕਾਂ ਨੇ ਇਸੇ ਤਰ੍ਹਾਂ ਤੁਰਦੇ ਜਾਣਾ ਹੈ ਅਸੀਂ ਜਿਹੜਾ ਗੁਰਨਾਨਕ ਪਾਤਸ਼ਾਹ ਦੀ ਉਹ ਜਿਹੜੀ ਖੁਸ਼ਬੂ ਹੈ ਉਹ ਸਾਰੇ ਸੰਸਾਰ ਵਿੱਚ ਵੰਡਿਏ ਜਿਸ ਤਰੀਕੇ ਦੇ ਨਾਲ ਬਲਤਾਨ ਦੇ ਵਿੱਚ ਬਾਬੇ ਨੇ ਉਸ ਦੁੱਧ ਦੇ ਕਟੋਰੇ ਦੇ ਉੱਤੇ ਚਮੇਲੀ ਦਾ ਫੁੱਲ ਰੱਖ ਦਿੱਤਾ ਸੀ ਉਹਨਾਂ ਨੂੰ ਬਗੈਰ ਕੁਝ ਡਿਸਟਰਬ ਕੀਤੇ ਆ ਉਹਨਾਂ ਨੇ ਆਪਣੀ ਖੁਸ਼ਬੂ ਵੰਡੀ ਸੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਾਇਤ ਜਿੱਥੇ ਵੀ